ਸਲਾਹਕਾਰ ਖਾਸੇ ਮਹਿੰਗੇ ਸਲਾਹਕਾਰ ਜਿਹੜੇ ਪੰਜਾਬ ਦੇ ਅਫਸਰਾਂ ਦੇ ਸਿਰ ਉੱਤੇ ਬਹਿਣਗੇ, ਇਹ ਵੱਡਾ ਖਦਸ਼ਾ ਹੈ। ਇਹ ਕਮਿਸ਼ਨ ਦੇ ਵਿੱਚ ਕਰੀਬ 25-26 ਦੇ ਕਰੀਬ ਸਲਾਹਕਾਰਾਂ ਦੀਆਂ ਜਿਹੜੀਆਂ ਪੋਸਟਾਂ ਹੈਗੀਆਂ ਨੇ ਉਹ ਕੱਢੀਆਂ ਗਈਆਂ ਨੇਗੀਆਂ, ਜਿਨ੍ਹਾਂ ਦੀ ਤਨਖਾਹ 3.5 ਲੱਖ, ਕਿਸੇ ਦੀ 2.5 ਲੱਖ, ਇਸ ਤਰੀਕੇ ਦੀਆਂ ਤਨਖਾਹਾਂ ਨੇਗੀਆਂ। ਤੇ ਉਹਦੇ ਵਿੱਚ ਕੋਈ ਖਾਸ ਯੋਗਤਾ ਵੀ ਨਹੀਂ ਹੈ ਕਿ ਬਸ ਤੁਸੀਂ ਕਿਤੋਂ ਵੀ ਪੋਸਟ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ, ਤੇ ਤੁਸੀਂ ਵਿੱਚੋਂ ਜਿਹੜਾ ਮੰਗਿਆ ਗਿਆ ਤਜਰਬਾ ਮੰਗਿਆ ਗਿਆ ਉਹ ਵੀ ਕਿਸੇ NGO ਦਾ, ਜਿਹੜਾ ਕਿ ਬਿਨਾਂ ਗੱਲ ਤੋਂ ਐਵੇਂ ਹੀ ਬਣਾਇਆ ਜਾ ਸਕਦਾ, ਫੇਕ ਬਣਾਇਆ ਜਾ ਸਕਦਾ। ਉਹਨਾਂ ਦੇ ਸਮਰਥਕ ਤਾਂ ਹੁਣ ਵੀ ਇਹ ਪੱਖ ਰੱਖ ਰਹੇ ਨੇ ਕਿ ਜੋ ਵੀ ਅਸੀਂ ਵੈਕੈਂਸੀਜ਼ ਕੱਢੀਆਂ ਨੇ ਉਹਨਾਂ ਵਾਸਤੇ ਜੋ ਵੀ ਅਸੀਂ ਕੈਪੇਬਿਲਿਟੀ ਮੰਗੀ ਆ ਉਹ ਤਾਂ ਸਾਰੀ ਅਪਲਾਈ ਕਰ ਸਕਦੇ ਆ, ਅਸੀਂ ਤਾਂ ਕਿਹਾ ਹੀ ਨਹੀਂ ਵੀ ਫਲਾਣਾ ਅਸੀਂ ਦਿੱਲੀ ਤੋਂ ਹੀ ਲਿਆਵਾਂਗੇ ਜੇ ਉੱਥੋਂ ਲਿਆਵਾਂਗੇ। ਵੀ ਜਿਹੜੀਆਂ ਭਰਤੀਆਂ ਇਹ ਨਿਕਲੀਆਂ ਇਹਨਾਂ ਨੂੰ ਵੱਧ ਤੋਂ ਵੱਧ ਪੰਜਾਬੀ ਭਰਨ, ਤਾਂ ਕਿ ਜਦੋਂ ਇਹ ਆਪਣੇ ਬੰਦੇ ਉਸ ਤੋਂ ਬਾਅਦ ਸਿਲੈਕਟ ਕਰਨ ਉਹਨੂੰ ਈਜ਼ੀਲੀ ਕੋਰਟ ਦੇ ਵਿੱਚ ਚੈਲੰਜ ਕੀਤਾ ਜਾ ਸਕੇ। ਇੰਨੇ ਮਹਿੰਗੇ ਸਲਾਹਕਾਰ ਤੇ ਇੰਨੀ ਮਹਿੰਗੀ ਸਲਾਹ ਦੀ ਪੰਜਾਬ ਦੇ ਮੰਤਰੀਆਂ ਨੂੰ ਜਾਂ ਵਿਭਾਗਾਂ ਨੂੰ ਲੋੜ ਕਿਉਂ ਆ? ਕੀ ਪੰਜਾਬ ਦੇ ਅਫਸਰ ਜਾਂ ਪੰਜਾਬ ਦੇ MLA ਕਾਬਲ ਨਹੀਂ ਹੈਗੇ ਫੈਸਲੇ ਲੈਣ ਦੇ? ਹੋਰ ਜਿਹੜੇ ਬੰਦੇ ਰੱਖ ਕੇ ਅੱਗੇ DC ਤੇ SSP ਦੇ ਉੱਤੇ ਇੱਕ ਬੰਦਾ ਲਾਇਆ ਜਾਊਗਾ, ਤਾਂ ਕਿ ਜਿਹੜਾ ਫੁੱਲ ਕੰਟਰੋਲ ਹੈ ਉਹ ਪੂਰੇ ਐਂਡ ਤੱਕ ਸਟੇ ਆਪਣਾ ਡਿਸਟ੍ਰਿਕਟ ਤੱਕ ਇਹ ਜਿਹੜਾ ਹੈਗਾ ਉਹ ਦਿੱਲੀ ਦਾ ਕੰਟਰੋਲ ਰਹੇ। ਯਾਨੀ ਕਿ ਪੂਰੀ ਬਿਊਰੋਕਰੇਸੀ ਵੀ ਕੰਟਰੋਲ ਹੋਏਗੀ, ਗਰਾਊਂਡ ਤੱਕ ਇੱਕ ਆਮ ਥਾਣੇ ਤੱਕ ਵੀ ਇਹਨਾਂ ਨੂੰ ਸਭ ਪਤਾ ਹੋਏਗਾ ਕਿ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ। ਪਠਾਨ ਮਾਜਰਾ ਹੁਣਾਂ ਦੀ ਪਹਿਲਾਂ ਵੀਡੀਓ ਵਾਇਰਲ ਹੁੰਦੀ ਹੈ, ਉਸ ਤੋਂ ਬਾਅਦ ਹੁਣ ਕੁਲਦੀਪ ਧਾਲੀਵਾਲ ਚਰਚਾ ਦੇ ਵਿੱਚ ਆ ਰਹੇ ਨੇ, ਤਾਂ ਇਹ ਰਵੱਈਆ ਕਿਵੇਂ ਆ ਰਿਹਾ ਤੇ ਕਿੱਥੋਂ ਆ ਰਿਹਾ? ਕਿਉਂਕਿ ਪ੍ਰਚਾਰਿਆ ਤੇ ਇਹ ਗਿਆ ਕਿ ਇਹ 92 ਦੇ 92 ਬਹੁਤ ਆਮ ਘਰਾਂ ਦੇ ਮੁੰਡੇ ਨੇ, ਜਿਹੜੇ ਹੁਣ ਛੋਟੇ ਛੋਟੇ ਚੈਨਲ ਬਚੇ ਨੇ ਜਾਂ ਛੋਟੇ ਛੋਟੇ ਪੱਤਰਕਾਰ ਬਚੇ ਨੇ ਜਾਂ ਇੰਡੀਪੈਂਡੈਂਟ ਜਿਹੜੇ ਜਰਨਲਿਸਟ ਨੇ ਉਹ ਬਚੇ ਨੇ, ਉਹਨਾਂ ਨੂੰ ਬਾਏ ਹੁੱਕ ਐਂਡ ਕਰੁੱਕ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕਿ ਮੈਨੂੰ ਵੀ ਇੱਕ ਵਾਰ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਤੁਹਾਡਾ ਜਿਹੜਾ ਹੈਗਾ ਸਿਸਟਮ ਇਹ ਜਿਹੜਾ ਟਵੀਟ ਤੁਸੀਂ ਨਾ ਕਰੋ ਜਾਂ ਇਹ ਇਨਫੋਰਮੇਸ਼ਨ ਨੂੰ ਨਾ ਬਾਹਰ ਕੱਢੋ, ਇਹ ਫਲਾਣੀ ਬੜੀ ਬੜੀ ਸਾਡੀ ਸੀਕ੍ਰੇਟ ਇਨਫੋਰਮੇਸ਼ਨ ਹੈ, ਹਾਲਾਂਕਿ ਪਬਲਿਕ ਡੋਮੇਨ ਦੀ ਇਨਫੋਰਮੇਸ਼ਨ ਸੀ। ਪੰਜਾਬ ਦਾ ਟਰਾਂਸਪੋਰਟ, ਸਰਕਾਰੀ ਟਰਾਂਸਪੋਰਟ ਆਮ ਆਦਮੀ ਪਾਰਟੀ ਦੀਆਂ ਰੈਲੀਜ਼ ਦੇ ਵਿੱਚ ਵਰਤਿਆ ਗਿਆ, ਹਾਲਾਂਕਿ ਪਹਿਲਾਂ ਵੀ ਹੁੰਦਾ ਰਿਹਾ, ਦੂਜੀਆਂ ਪਾਰਟੀਆਂ ਵੀ ਕਰਦੀਆਂ ਰਹੀਆਂ, ਪਰ ਕੋਰਟ ਦੇ ਕੀ ਉਸ ਦੇ ਵਿੱਚ ਟਿੱਪਣੀ ਕੀ ਸੀ? ਪੰਜਾਬ ਸਰਕਾਰ ਦੇ ਵਕੀਲ ਨੇ ਐਡਵੋਕੇਟ ਜਨਰਲ, ਅਸਿਸਟੈਂਟ ਐਡਵੋਕੇਟ ਜਨਰਲ ਉੱਥੇ ਆਏ ਸੀਗੇ ਐਡਵੋਕੇਟ ਜਨਰਲ ਦੀ ਥਾਂ ਤੇ ਉਹਨਾਂ ਨੇ ਕਿਹਾ ਕਿ ਨਹੀਂ ਜੀ ਇਹ ਤਾਂ ਪਬਲਿਸਿਟੀ ਨਹੀਂ ਕਰਦੇ ਪਏ। ਕੋਰਟ ਨੇ ਸਾਫ਼ ਕਿਹਾ ਪਬਲਿਸਿਟੀ ਤੁਹਾਨੂੰ ਤੁਹਾਡੇ ਤੋਂ ਬਾਅਦ ਕਿਹਨੂੰ ਪਤਾ ਪਬਲਿਸਿਟੀ ਕੀ ਹੁੰਦੀ ਆ? ਉਹ ਕਹਿੰਦੇ ਤੁਹਾਨੂੰ ਲੱਗਦਾ ਜੇ ਪਬਲਿਸਿਟੀ ਨਹੀਂ ਹੈ ਤੇ ਅਸੀਂ ਇਹ PIL ਨੂੰ ਰਿਜੈਕਟ ਕਰ ਦਿੰਦੇ ਹਾਂ, ਅਸੀਂ ਆਪ ਕੋਰਟ ਵੱਲੋਂ ਸੂਆ ਮੋਟਾ ਕਰ ਲੈਂਦੇ ਹਾਂ। ਅਸੀਂ ਕੱਲ ਪੰਜਾਬ ਅਨਕਟ ਦੇਖ ਰਹੇ ਹਾਂ, ਤੁਸੀਂ ਮੈਂ ਕਰਨ ਹਾਂਡਾ। ਲੋਕਤੰਤਰ ਦੀ ਸਭ ਤੋਂ ਵੱਡੀ ਤਰਾਸਦੀ ਇਸ ਗੱਲ ਨੂੰ ਮੰਨਿਆ ਜਾਂਦਾ ਹੈ ਕਿ ਚੋਣਾਂ ਤੋਂ ਪਹਿਲਾਂ ਲੋਕ ਵੱਡੇ ਦੱਸੇ ਜਾਂਦੇ ਨੇ ਜਾਂ ਮੰਨੇ ਜਾਂਦੇ ਨੇ, ਪਰ ਚੋਣਾਂ ਤੋਂ ਬਾਅਦ ਲੀਡਰ, ਉਹਨਾਂ ਦੀ ਕੁਰਸੀ, ਉਹਨਾਂ ਦੀ ਲੀਡਰੀ ਤੇ ਉਹਨਾਂ ਦੀ ਪਾਰਟੀ ਵੱਡੀ ਹੋ ਜਾਂਦੀ ਹੈ। ਮੌਜੂਦਾ ਪੰਜਾਬ ਸਰਕਾਰ ਨੂੰ ਲੈ ਕੇ ਵੀ ਕਈ ਤਰੀਕੇ ਦੀਆਂ ਚਰਚਾਵਾਂ ਚੱਲ ਰਹੀਆਂ ਨੇ, ਸਭ ਦੇ ਵਿਚਾਲੇ ਇੱਕ ਚਰਚਾ ਫਿਰ ਛਿੜੀ ਹੈ। ਇੱਕ ਵਾਰ ਮੁੜ ਤੋਂ ਸਲਾਹਕਾਰ ਭਰਤੀ ਕੀਤੇ ਜਾ ਰਹੇ ਨੇ, ਸਲਾਹਕਾਰ ਵੀ ਜਿਹੜੇ ਲੱਖਾਂ ਦੀ ਹਾਂ ਲੈਣਗੇ, ਜਿਹੜੇ ਪੰਜਾਬ ਦੇ ਅਫਸਰਾਂ ਦੇ ਸਿਰ ਤੇ ਬਹਿਣਗੇ, ਅਜਿਹੇ ਖਦਸ਼ੇ ਜਿਤਾਏ ਜਾ ਰਹੇ ਨੇ। ਮੇਰੇ ਨਾਲ RTI ਕਾਰਕੁਨ ਮਾਨਿਕ ਗੋਇਲ ਜੀ ਨੇ, ਸਵਾਗਤ ਹੈ ਬਾਈ ਜੀ, ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ। ਥੈਂਕ ਯੂ ਜੀ, ਥੈਂਕ ਯੂ ਸੋ ਮਚ। ਜਿਸ ਤਰੀਕੇ ਬਾਈ ਮੈਂ ਕਿਹਾ ਕਿ ਸਲਾਹਕਾਰ, ਖਾਸੇ ਮਹਿੰਗੇ ਸਲਾਹਕਾਰ ਜਿਹੜੇ ਪੰਜਾਬ ਦੇ ਅਫਸਰਾਂ ਦੇ ਸਿਰ ਉੱਤੇ ਬਹਿਣਗੇ, ਇਹ ਵੱਡਾ ਖਦਸ਼ਾ ਹੈ। ਕੀ ਨਵੀਂ ਕਮੇਟੀ, ਕੀ ਨਵੀਂ ਕਮਿਸ਼ਨ ਜਿਸ ਬਾਰੇ ਤੁਸੀਂ ਇਹ ਖੁਲਾਸਾ ਕੀਤਾ, ਇਹ ਸਾਰਾ ਮਾਮਲਾ ਕੀ ਹੈ? ਦੇਖੋ ਜੀ, ਆਮ ਆਦਮੀ ਪਾਰਟੀ ਨੇ ਇੱਕ ਪੰਜਾਬ ਡਿਵੈਲਪਮੈਂਟ ਕਮਿਸ਼ਨ ਦੇ ਨਾਂ ਤੇ ਇੱਕ ਬੋਗਸ ਜੀ ਕਮਿਸ਼ਨ ਨਵੀਂ ਬਣਾਈ ਹੈ, ਜਿਹੜੀ ਕਿ ਨਵੰਬਰ 2023 ਦੇ ਵਿੱਚ ਹੈ, ਜਿਹਦੀ ਕਿ ਕੋਈ ਲੋੜ ਨਹੀਂ ਸੀ। ਹਾਲਾਂਕਿ ਸਾਡੇ ਕੋਲ ਜਿਹੜੀਆਂ ਪਹਿਲਾਂ ਕੰਸਟੀਟਿਊਸ਼ਨਲ ਕਮਿਸ਼ਨ ਨੇ, ਜਿੱਦਾਂ ਇਨਫੋਰਮੇਸ਼ਨ ਕਮਿਸ਼ਨ ਹੈ, ਉਹਦੇ ਵਿੱਚ
ਜਿਹੜੇ ਹੈਗੇ ਕਮਿਸ਼ਨਰ ਨਹੀਂ ਭਰਤੀ ਕੀਤੇ ਜਾ ਰਹੇ ਤੇ ਆਰਟੀਐਚ ਦਾ ਪੂਰੇ ਪੰਜਾਬ ਦਾ ਬੈਕਲੌਗ ਇਕੱਠਾ ਹੋਇਆ ਪਿਆ, ਉਹ ਸਾਰੀਆਂ ਡੈਡ ਹੁੰਦੀਆਂ ਪਈਆਂ ਨੇ, ਜਾਣ ਬੁੱਝ ਕੇ ਉਹਨੂੰ ਡੈਡ ਕੀਤਾ ਜਾ ਰਿਹਾ ਤੇ ਪਰ ਜਿਹੜਾ ਹੈਗਾ ਇਸ ਤਰ੍ਹਾਂ ਦੇ ਜਿਹੜੇ ਕਮਿਸ਼ਨ ਨੇਗੇ ਉਹ ਨਵੇਂ ਬਣਾਏ ਜਾ ਰਹੇ ਨੇ ਤੇ ਹੁਣ ਕੀ ਪਤਾ ਲੱਗਿਆ ਕਿ ਇਹ ਕਮਿਸ਼ਨ ਦੇ ਵਿੱਚ ਕਰੀਬ 25-26 ਦੇ ਕਰੀਬ ਸਲਾਹਕਾਰਾਂ ਦੀਆਂ ਜਿਹੜੀਆਂ ਪੋਸਟਾਂ ਹੈਗੀਆਂ ਨੇ ਉਹ ਕੱਢੀਆਂ ਗਈਆਂ ਨੇਗੀਆਂ, ਜਿਨ੍ਹਾਂ ਦੀ ਤਨਖਾਹ 3.5 ਲੱਖ ਕਿਸੇ ਦੀ 2.5 ਲੱਖ ਇਸ ਤਰੀਕੇ ਦੀਆਂ ਤਨਖਾਹਾਂ ਨੇਗੀਆਂ ਤੇ ਉਹਦੇ ਵਿੱਚ ਕੋਈ ਖਾਸ ਯੋਗਤਾ ਵੀ ਨਹੀਂ ਹੈ ਕਿ ਬਸ ਤੁਸੀਂ ਕਿਤੋਂ ਵੀ ਪੋਸਟ ਗ੍ਰੈਜੂਏਸ਼ਨ ਕੀਤੀ ਹੋਣੀ ਚਾਹੀਦੀ ਹੈ ਤੇ ਤੁਸੀਂ ਵਿੱਚੋਂ ਜਿਹੜਾ ਮੰਗਿਆ ਗਿਆ ਤਜਰਬਾ ਮੰਗਿਆ ਗਿਆ ਉਹ ਵੀ ਕਿਸੇ NGO ਦਾ ਜਿਹੜਾ ਕਿ ਬਿਨਾਂ ਗੱਲ ਤੋਂ ਐਵੇਂ ਹੀ ਬਣਾਇਆ ਜਾ ਸਕਦਾ, ਫੇਕ ਬਣਾਇਆ ਜਾ ਸਕਦਾ ਤੇ ਇਹ ਖਦਸ਼ਾ ਨਹੀਂ ਹੈਗਾ। ਇਹ ਸਾਨੂੰ ਯਕੀਨ ਹੈ ਕਿ ਇਹ ਆਪਣੇ ਚਹੇਤਿਆਂ ਨੂੰ, ਜਿੱਦਾਂ ਇਹਨਾਂ ਨੇ ਪਹਿਲਾਂ ਰੇਰਾ ਦੇ ਵਿੱਚ ਚਾਹੇ ਉਹ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦਾ ਚੇਅਰਮੈਨ ਹੈ, ਚਾਹੇ ਉਹ ਮੰਤਰੀ ਦਾ ਮੁੰਡਾ ਇਹਨਾਂ ਨੇ PTU ਦੇ ਵਿੱਚ ਮੈਨੇਜਰ ਲਾਇਆ ਤੇ ਕਿਸੇ ਹੋਰ ਪਨ ਮੀਡੀਆ ਦੇ ਵਿੱਚ ਕਈ ਦਿੱਲੀ ਤੋਂ ਸੈਂਕੜੇ ਦੇ ਤਾਦਾਦ ਦੇ ਵਿੱਚ ਜਿਹੜੇ ਵਰਕਰ ਫਿੱਟ ਕੀਤੇ, ਉਸੇ ਤਰੀਕੇ ਇਹ ਜਿਹੜੇ ਸਲਾਹਕਾਰ ਹੈ ਇਹ ਜਿਹੜੇ ਹੈਗੇ ਇੱਥੇ ਆਪਣੇ ਬੰਦੇ ਹੀ ਫਿੱਟ ਕਰਨਗੇ 100%, ਕਿਉਂਕਿ ਸਿਰਫ ਇੰਟਰਵਿਊ ਤੇ ਨਿਰਭਰ ਕਰਦੀ ਹੈ ਪੋਸਟ। ਇਹਨਾਂ ਜਿਹੜੀਆਂ ਪੋਸਟਾਂ ਲਿਆ ਇਹਨਾਂ ਦੇ ਲਈ PPC ਜਿਹੜੀ PPSC ਨੂੰ ਕਿਉਂ ਨੀ ਜ਼ਿੰਮੇਵਾਰੀ ਦਿੱਤੀ ਗਈ, ਜਿਹੜੀ ਆਪਣੀ ਪੰਜਾਬ ਦੀ ਸਿਵਲ ਸਰਵਿਸਿਸ ਦੀ ਪੇਪਰ ਕਰਾਉਂਦੀ ਹੈ ਨਾ ਆਰਗਨਾਈਜੇਸ਼ਨ, ਤੇ ਡਾਇਰੈਕਟ ਭਰਤੀਆਂ ਇਸ ਤਰੀਕੇ ਦੀਆਂ ਕਿਉਂ ਕੀਤੀਆਂ ਜਾ ਰਹੀਆਂ ਨੇ? ਤੇ ਇਹ ਤੋਂ ਤੁਸੀਂ ਦੇਖਿਆ ਹੋਣਾ, ਤੁਹਾਡੇ ਯਾਦ ਹੋਣਾ ਕਿ ਪਿਛਲੇ ਟਾਈਮ ਦੇ ਵਿੱਚ ਇੱਕ ਮੁੰਡਾ ਨਵਲ ਅਗਰਵਾਲ ਇਹਨਾਂ ਦੇ ਜਿਹੜੇ ਚੀਫ ਸੈਕਟਰੀ ਤੇ ਵਿਜੀਲੈਂਸ ਚੀਫ ਉਹਨਾਂ ਦੀਆਂ ਮੀਟਿੰਗਸ ਦੇ ਵਿੱਚ ਬਹਿੰਦਾ ਸੀ, ਜਿਹਦਾ ਖੁਲਾਸਾ ਕੀਤਾ ਸੀ ਆਪਾਂ, ਤੇ ਉਸ ਤਰੀਕੇ ਦੇ ਜਿਹੜੇ ਬੰਦੇ ਆ ਇਹਨਾਂ ਨੇ ਭਰਤੀ ਕਰਨੇ ਆ ਹੁਣ, ਜਿਹੜੇ ਕਿ ਟੌਪ ਮੀਟਿੰਗਸ ਦੇ ਵਿੱਚ ਬੈਠਿਆ ਕਰਨਗੇ, ਜਿਹੜੇ ਕਿ ਜਿਹੜੇ ਪਲੈਨਿੰਗ ਤੋਂ ਲੈ ਕੇ ਡਿਸੀਜਨ ਮੇਕਿੰਗ ਤੱਕ ਆਪਣਾ ਜਿਹੜਾ ਰੋਲ ਅਦਾ ਕਰਿਆ ਕਰਨਗੇ, ਇੱਕ ਵਿੱਚ ਲੱਤ ਫਸਾਇਆ ਕਰਨਗੇ। ਤੇ ਜਿਹੜੇ ਸਾਡੇ ਖਦਸ਼ਾ ਤਾਂ ਕਿਹਾ ਸੀ, ਘੱਟੋ ਘੱਟ ਉਹਨਾਂ ਦੇ ਸਮਰਥਕ ਤਾਂ ਹੁਣ ਵੀ ਇਹ ਪੱਖ ਰੱਖ ਰਹੇ ਨੇ ਕਿ ਜੋ ਵੀ ਅਸੀਂ ਵੈਕੈਂਸੀਜ਼ ਕੱਢੀਆਂ ਨੇ ਉਹਨਾਂ ਵਾਸਤੇ ਜੋ ਵੀ ਅਸੀਂ ਕੈਪੇਬਿਲਿਟੀ ਮੰਗੀ ਆ ਉਹ ਤਾਂ ਸਾਰੇ ਅਪਲਾਈ ਕਰ ਸਕਦੇ, ਅਸੀਂ ਤਾਂ ਕਿਹਾ ਹੀ ਨਹੀਂ ਵੀ ਫਲਾਣਾ ਅਸੀਂ ਦਿੱਲੀ ਤੋਂ ਹੀ ਲਿਆਵਾਂਗੇ ਜਾਂ ਉੱਥੋਂ ਲਿਆਵਾਂਗੇ। ਨਹੀਂ ਤੁਸੀਂ ਪੁਰਾਣੀਆਂ ਜਿੰਨੀਆਂ ਵੀ ਇਹਨਾਂ ਨੇ ਕੱਢੀਆਂ ਸੀਗੀਆਂ ਪੋਸਟਾਂ ਕੱਢੀਆਂ ਸੀ, ਪਨ ਮੀਡੀਆ ਹੋ ਗਿਆ, ਚਾਹੇ ਉਹ ਕਿਸੇ ਵੀ ਤਰ੍ਹਾਂ, ਚਾਹੇ ਉਹ ਮੰਤਰੀ ਦੇ ਮੁੰਡੇ ਲਈ ਮੈਨੇਜਰ ਦੀ ਪੋਸਟ ਕੱਢੀ ਸੀ, ਤੁਸੀਂ ਦੇਖੋ ਕਿ ਪੈਟਰਨ ਉਹੀ ਸੇਮ ਹੀ ਹੈ, ਕੋਈ ਖਾਸ ਜਿਹਦੇ ਚ ਯੋਗਤਾ ਨਹੀਂ ਮੰਗੇਗੀ ਤੇ ਸਿਰਫ ਇੱਕ ਵਾਕ ਇਨ ਇੰਟਰਵਿਊ ਰੱਖਿਆ ਜਾਂਦਾ ਹੈਗਾ ਤੇ ਉਹਦੇ ਨੰਬਰ ਵੱਧ ਲਗਾਏ ਜਾਂਦੇ ਆ ਤੇ ਆਪਣੇ ਹੀ ਬੰਦੇ ਇਹਨਾਂ ਦੇ ਸਿਲੈਕਟ ਹੁੰਦੇ। ਇਸ ਕਰਕੇ ਮੈਂ ਚਾਹੁੰਦਾ ਵੀ ਜਿਹੜੀਆਂ ਭਰਤੀਆਂ ਇਹ ਨਿਕਲੀਆਂ ਇਹਨਾਂ ਨੂੰ ਵੱਧ ਤੋਂ ਵੱਧ ਪੰਜਾਬੀ ਭਰਨ, ਤਾਂ ਕਿ ਜਦੋਂ ਇਹ ਆਪਣੇ ਬੰਦੇ ਉਸ ਤੋਂ ਬਾਅਦ ਸਿਲੈਕਟ ਕਰਨ ਉਹਨੂੰ ਈਜ਼ੀਲੀ ਕੋਰਟ ਦੇ ਵਿੱਚ ਚੈਲੰਜ ਕੀਤਾ ਜਾ ਸਕੇ, ਕਿਉਂਕਿ ਇਹ ਇੱਕ ਪੈਟਰਨ ਕੋਈ ਨਵੀਂ ਗੱਲ ਨਹੀਂ ਹੈ। ਪਿਛਲੇ ਕਿੰਨੀਆਂ ਭਰਤੀਆਂ ਹੋਣਗੀਆਂ ਜਿੱਥੇ ਇਹਨਾਂ ਨੇ ਆਪਣੇ ਸੈਂਕੜੇ ਦੀ ਤਾਦਾਦ ਦੇ ਵਿੱਚ, ਚਾਹੇ ਉਹ ਮੈਂ ਕਿੰਨੀਆਂ ਗਿਣਾ ਚੁੱਕਿਆ, ਚਾਹੇ ਉਹ ਤੁਸੀਂ ਯੋਗਾ ਵਾਲੇ ਬੰਦੇ ਹੋਣ ਜਿਹੜੇ ਦੋ ਦੋ ਡੇਢ ਡੇਢ ਦੋ ਦੋ ਲੱਖ ਦੇ ਉੱਤੇ ਭਰਤੀ ਕੀਤੇ, ਉਹ ਵੀ ਇਹਨਾਂ ਦੇ ਆਪਦੇ ਦਿੱਲੀ ਦੇ ਚਹੇਤੇ ਬੰਦੇ ਲਿਆ ਕੇ ਭਰਤੀ ਕੀਤੇ ਨੇ, ਚਾਹੇ ਉਹ ਕਿਤੇ ਵੀ ਕਿਸੇ ਵੀ ਆਰਗਨਾਈਜੇਸ਼ਨ 'ਚ ਭਰਤੀ ਹੋਈ ਹੈ, ਇਹਨਾਂ ਨੇ ਆਪਣੇ ਬੰਦੇ ਫਿੱਟ ਕੀਤੇ। ਹੁਣ ਇਹ ਉਦੋਂ ਵੀ ਵੱਡੀ ਗੇਮ ਖੇਡਣ ਜਾ ਰਹੇ ਇਹਨਾਂ ਸਲਾਹਕਾਰਾਂ ਦੇ ਜ਼ਰੂਰ। ਇਹਨਾਂ ਨੇ ਕੀ ਕਰਨਾ, ਸਲਾਹਕਾਰਾਂ ਨੂੰ ਸਾਰੇ ਡਿਪਾਰਟਮੈਂਟਸ ਦੇ ਵਿੱਚ ਫਿੱਟ ਕਰਨਾ, ਉੱਥੇ ਜਿਹੜੇ ਉੱਥੋਂ ਦੇ ਜਿਹੜੇ ਪ੍ਰਿੰਸੀਪਲ ਸੈਕਟਰੀ ਨੇ ਜਾਂ ਉੱਥੋਂ ਦੇ ਜਿਹੜੇ ਕੋਈ ਮੰਤਰੀ ਦੇ ਉੱਥੋਂ ਦੇ ਜਿਹੜੇ ਉਹਨਾਂ ਦੀਆਂ ਜਿਹੜੇ ਮੀਟਿੰਗਸ ਦੇ ਵਿੱਚ ਬੈਠਣ ਲਈ ਇਹ ਪੋਸਟਾਂ ਕ੍ਰੀਏਟ ਕੀਤੀਆਂ ਗਈਆਂ, ਨਾਲੇ ਤਾਂ ਮੋਟੀਆਂ ਤਨਖਾਹਾਂ ਨੇ 3.5-3 ਲੱਖ ਰੁਪਇਆ, ਤੇ ਨਾਲੇ ਇਹ ਸਾਡੀ ਡੇਲੀ ਦੀ ਜਿਹੜੀ ਡਿਸੀਜਨ ਮੇਕਿੰਗ ਹੈ ਪੰਜਾਬ ਦੀ, ਜਿਹੜੇ ਪੰਜਾਬ ਦੇ ਫੈਸਲੇ ਲਏ ਜਾਣਗੇ ਉਹਨਾਂ ਦੇ ਵਿੱਚ, ਜਿਹੜਾ ਉਹਨਾਂ ਨੂੰ ਕੰਟਰੋਲ ਕਰਨ ਲਈ ਜਿਹੜੇ ਸਾਡੇ ਆਫੀਸਰਸ ਨੇ ਪੰਜਾਬ ਦੇ, ਉਹਨਾਂ ਨੂੰ ਕੰਟਰੋਲ ਕਰਨ ਲਈ ਇਹ ਪੋਸਟਾਂ ਕ੍ਰੀਏਟ ਕੀਤੀਆਂ ਗਈਆਂ ਨੇ। ਜਿਹੜੇ ਸਵਾਲ ਹੈ ਕਿ ਇੰਨੇ ਮਹਿੰਗੇ ਸਲਾਹਕਾਰ ਤੇ ਇੰਨੀ ਮਹਿੰਗੀ ਸਲਾਹ ਦੀ ਪੰਜਾਬ ਦੇ ਮੰਤਰੀਆਂ ਨੂੰ ਜਾਂ ਵਿਭਾਗਾਂ ਨੂੰ ਲੋੜ ਕਿਉਂ ਆ? ਕੀ ਪੰਜਾਬ ਦੇ ਅਫਸਰ ਜਾਂ ਪੰਜਾਬ ਦੇ ਮੰਤਰੀ MLA ਕਾਬਲ ਨਹੀਂ ਹੈਗੇ ਫੈਸਲੇ ਲੈਣ ਦੇ? ਨਹੀਂ, ਦੇਖੋ ਜਦੋਂ ਇਹ ਸਰਕਾਰ ਬਣੀ ਨਹੀਂ ਸੀ, ਅਰਵਿੰਦ ਕੇਜਰੀਵਾਲ ਜੀ ਕਹਿੰਦੇ ਸੀ ਕਿ ਅਸੀਂ ਕਿ ਸਾਰਾ ਖਰੜਾ ਬਣਾ ਰੱਖਿਆ, ਕਿਵੇਂ ਸਰਕਾਰ ਚਲਾਉਣੀ ਹੈ, ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਸਾਰਾ ਕੁਛ ਚੱਲੂਗਾ, ਪਰ ਹੁਣ ਇਹ ਨਵੇਂ ਸਲਾਹਕਾਰਾਂ ਦੀ ਲੋੜ ਕਿੱਥੋਂ ਆ ਗਈ? ਕਿੱਥੋਂ ਤੁਹਾਨੂੰ ਇਹ ਹੁਣ 3-3 ਲੱਖ ਤਨਖਾਹ ਵਾਲੇ ਸਲਾਹਕਾਰ ਚਾਹੀਦੇ ਨੇ? ਕਿਉਂ ਜਿਹੜੇ ਸਾਡੇ ਆਫੀਸਰ ਨੇ, ਜਿਹੜੇ IAS IPS ਆਫੀਸਰ ਨੇ, ਜਿਹੜੇ ਡਿਸੀਜਨ ਮੇਕਿੰਗ ਕਰਦੇ ਆ, ਜਿਹੜੇ ਉਹ ਤੇ ਉਹ ਇਹਨਾਂ ਨੂੰ ਕੈਪੇਬਲ ਨਹੀਂ ਲੱਗਦੇ? ਦੇਖੋ
ਕਰਨ ਜੀ ਗੱਲ ਕੁਛ ਨਹੀਂ ਹੈ, ਗੱਲ ਇਹ ਹੈ ਕਿ ਡਾਇਰੈਕਟ ਕੰਟਰੋਲ ਜਿਹੜਾ ਹੈਗਾ ਦਿੱਲੀ ਦਾ ਇਹਨਾਂ ਦਾ, ਉਹ ਆਪਣੇ ਆਫੀਸਰਸ ਤੇ ਚਾਹੇ ਉਹ ਮੰਤਰੀਆਂ ਤੇ ਇਹਨਾਂ ਤੇ ਹੈਗਾ ਹੀ ਹੈਗਾ, ਮੰਤਰੀਆਂ ਦੇ ਨਾਲ ਇਹਨਾਂ ਨੇ ਪੱਕੇ ਮੁੰਡੇ ਲਾਏ ਹੋਏ ਆ, ਕੁਛ ਵੀ ਕਰਦੇ ਉਹਨਾਂ ਦੇ ਥਰੂ ਹੁੰਦਾ, ਤੇ ਮੰਤਰੀਆਂ ਨੂੰ ਤੇ ਇਹ ਵੀ ਨੀ ਪਤਾ ਹੁੰਦਾ ਕਿ ਕੰਮ ਕੀ ਹੋ ਰਿਹਾ ਉਹਨਾਂ ਦੇ ਡਿਪਾਰਟਮੈਂਟ ਚ, ਤੇ ਹੁਣ ਅਫਸਰਾਂ ਦੇ ਉੱਤੇ ਵੀ। ਤੇ ਇੱਥੋਂ ਬਾਅਦ ਮੈਨੂੰ ਪਤਾ ਲੱਗਿਆ ਕਿ ਜਿਹੜੀ ਇਹ ਪੈਟਰਨ ਹੈ ਇਹਨੂੰ ਹੋਰ ਵਧਾ ਕੇ ਹੋਰ ਜਿਹੜੇ ਬੰਦੇ ਰੱਖ ਕੇ ਅੱਗੇ ਡੀਸੀ ਤੇ SSP ਦੇ ਉੱਤੇ ਕੀ ਇੱਕ ਬੰਦਾ ਲਾਇਆ ਜਾਊਗਾ, ਤਾਂ ਕਿ ਜਿਹੜਾ ਫੁੱਲ ਕੰਟਰੋਲ ਹੈ ਉਹ ਪੂਰੇ ਐਂਡ ਤੱਕ ਸਟੇ ਆਪਣਾ ਡਿਸਟ੍ਰਿਕਟ ਤੱਕ ਇਹ ਜਿਹੜਾ ਹੈਗਾ ਉਹ ਦਿੱਲੀ ਦਾ ਕੰਟਰੋਲ ਰਹੇ, ਯਾਨੀ ਕਿ ਪੂਰੀ ਪੂਰੀ ਬਿਊਰੋਕਰੇਸੀ ਵੀ ਕੰਟਰੋਲ ਹੋਏਗੀ, ਗਰਾਊਂਡ ਤੱਕ ਇੱਕ ਆਮ ਥਾਣੇ ਤੱਕ ਵੀ ਇਹਨਾਂ ਨੂੰ ਸਭ ਪਤਾ ਹੋਏਗਾ ਕਿ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ। ਹਾਂਜੀ, ਕੁਛ ਹੱਦ ਤੱਕ ਤੇ ਇਹਨਾਂ ਨੇ ਇਨਡਾਇਰੈਕਟ ਕੰਟਰੋਲ ਤੇ ਹੁਣ ਕਰ ਲਿਆ ਹੈਗਾ, ਕਿਉਂਕਿ ਮੈਨੂੰ ਪਤਾ ਲੱਗਿਆ ਕਿ ਜਿਹੜੇ ਨਵਲ ਅਗਰਵਾਲ ਬੈਠੇ ਸੀ ਮੀਟਿੰਗ ਦੇ ਵਿੱਚ, ਉਹਦਾ ਮੈਨੂੰ ਕਿਸੇ ਬੰਦੇ ਨੇ ਦੱਸਿਆ ਕਿ ਉਹ ਹੁਣ ਵੀ ਜਿਹੜੇ ਟੌਪ ਮੀਟਿੰਗਸ ਦੇ ਵਿੱਚ ਸ਼ਾਮਲ ਹੁੰਦੇ ਨੇ ਪਰ ਇੱਕ ਵੀਡੀਓ ਕਾਨਫਰੰਸਿੰਗ ਰਾਹੀਂ ਸ਼ਾਮਲ ਹੁੰਦੇ ਨੇ, ਜਿਹੜੀ ਵੀ ਮੀਟਿੰਗ ਹੁੰਦੀ ਹੈ ਉਹਨਾਂ ਦੀ ਵੀਡੀਓ ਸਾਰੀ ਜਿਹੜੀ ਹੈਗੀ ਨਵਲ ਅਗਰਵਾਲ ਕੋਲ ਹੁੰਦੀ ਹੈ, ਤੇ ਉਹ ਇੱਕ ਫੋਨ ਰਾਹੀਂ ਕਨੈਕਟਡ ਹੁੰਦੇ ਨੇ ਇਹਨਾਂ ਦੇ ਨਾਲ, ਬਸ ਫਿਜ਼ੀਕਲੀ ਉੱਥੇ ਪ੍ਰੈਜੈਂਟ ਨਹੀਂ ਹੁੰਦੇ। ਬਸ ਹੁਣ ਇਹਨਾਂ ਨੇ ਬਣਾ ਲਿਆ ਕਿ ਜਿਹੜੇ ਸਲਾਹਕਾਰਾਂ ਦੀਆਂ ਪੋਸਟਾਂ ਨੇਗੀਆਂ ਜਾਂ ਜਿਹੜੇ ਰਿਸਰਚਰਾਂ ਦੀਆਂ ਪੋਸਟਾਂ ਨੇਗੀਆਂ, ਇਹਨਾਂ ਦੇ ਥਰੂ ਇਹ ਭਰਤੀ ਕਰਕੇ ਡਾਇਰੈਕਟ ਜਿਹੜੇ ਫਿਜ਼ੀਕਲੀ ਬੰਦੇ ਜਿਹੜੇ ਹੈਗੇ ਹਰ ਇੱਕ ਮੀਟਿੰਗ ਦੇ ਵਿੱਚ ਉੱਥੇ ਪਹੁੰਚਣ, ਤੇ ਜਿਹੜੇ ਇਹਨਾਂ ਦੇ ਆਪਦੇ ਬੰਦੇ ਫਿੱਟ ਵੀ ਹੋ ਗਏ ਮੋਟੀਆਂ ਤਨਖਾਹਾਂ ਤੇ ਜਿਹੜੀ ਆਪਣੀ ਪੰਜਾਬ ਦੀ ਜਿਹੜੀ ਡਿਸੀਜਨ ਮੇਕਿੰਗ ਹੈ ਜਾਂ ਜਿਹੜੇ ਕੋਈ ਫੈਸਲੇ ਲੈਣੇ ਨੇ ਉਹਨਾਂ ਦੇ ਵਿੱਚ ਡਾਇਰੈਕਟ ਕੰਟਰੋਲ ਜਿਹੜਾ ਹੈਗਾ ਉਹ ਦਿੱਲੀ ਵਾਲੀ ਅਰਵਿੰਦ ਕੇਜਰੀਵਾਲ ਦੀ ਟੀਮ ਦਾ ਹੋ ਗਿਆ। ਹਾਂਜੀ ਮਾਨਿਕ ਜੀ, ਤੁਹਾਨੂੰ ਡਰ ਕਿਸ ਗੱਲ ਦਾ, ਇੰਨਾ ਕੰਟਰੋਲ ਚਾਹੀਦਾ ਕਿਉਂ ਹੈ? ਕੀ ਪੰਜਾਬ ਇੱਕ ਕੈਸ਼ ਕਾਓ ਇੱਕ ਬੈਂਕ ਬਣਾ ਲਿਆ ਇਹਨਾਂ ਨੇ ਜਿਸ ਤੋਂ ਪਾਰਟੀ ਵੱਡੀ ਕਰਨੀ ਹੈ, ਜਾਂ ਕਿਸ ਗੱਲ ਦਾ ਡਰ ਹੈ ਕਿ ਪੰਜਾਬ ਦੇ CM ਵੱਖਰੇ ਫੈਸਲੇ ਲੈਣ, ਪੰਜਾਬ ਦੇ ਮੰਤਰੀ ਆਪਣੇ ਪੱਧਰ ਤੇ ਫੈਸਲੇ ਨਾ ਲੈਣ, ਕਿਉਂ ਡਰ ਕਿਸ ਗੱਲ ਦਾ? ਦੇਖੋ, ਪੰਜਾਬ ਦਾ ਕੋਈ ਵੀ ਫੈਸਲਾ ਚਾਹੇ ਉਹ ਮੁਹੱਲਾ ਕਲੀਨਿਕ ਵਾਲਾ, ਚਾਹੇ ਉਹ ਸਕੂਲ ਆਫ ਐਮੀਨੈਂਸ ਵਾਲਾ, ਚਾਹੇ ਉਹ ਹੋਰ ਜਿੰਨੇ ਵੀ ਫੈਸਲੇ ਆ, ਹੁਣ ਤੱਕ ਕਰੀਬ 60-70 ਹਜ਼ਾਰ ਕਰੋੜ ਦੇ ਕਰੀਬ ਜਿਹੜਾ ਕਰਜ਼ਾ ਲੈ ਚੁੱਕੀ ਆ ਆਮ ਆਦਮੀ ਪਾਰਟੀ, ਤੇ ਪੰਜਾਬ ਦੇ ਵਿੱਚ ਕੋਈ ਵਿਜ਼ੀਬਲ ਚੇਂਜ ਨਹੀਂ ਤੁਹਾਨੂੰ ਦਿਖਦਾ ਪਿਆ। ਇਹ ਮੁਹੱਲਾ ਕਲੀਨਿਕ ਹੋ ਰਹੇ ਸਭ ਫੇਲ ਮਾਡਲ ਨੇ, ਇਹਨਾਂ ਨੇ ਸਾਡੇ ਜਿਹੜਾ ਐਗਜਿਸਟਿੰਗ ਮਾਡਲ ਹੈਗਾ ਉਹਨੂੰ ਹੋਰ ਵੀ ਬਖੇਰਤਾ ਕਿ ਜਦੋਂ ਅੱਗੇ ਤੋਂ ਕਿਸੇ ਨੂੰ ਠੀਕ ਵੀ ਕਰਨਾ ਪਿਆ ਤਾਂ ਉਹਨੂੰ ਵੀ ਦਹਾਕੇ ਲੱਗ ਜਾਣੇ ਠੀਕ ਹੋਣ ਤੇ। ਇਸੇ ਤਰੀਕੇ ਸਕੂਲ ਆਫ ਐਮੀਨੈਂਸ 100 ਸਕੂਲਾਂ ਨੂੰ ਜਿਹੜੀ ਹੈਗੀ ਹੈ ਦਿੱਤੀ ਜਾ ਰਹੀ ਹੈ, ਤਰਜੀਹ ਦਿੱਤੀ ਜਾ ਰਹੀ ਹੈ, ਜਦੋਂ ਕਿ ਪੰਜਾਬ ਦੇ ਵਿੱਚ ਕਰੀਬ 20,000 ਸਕੂਲ ਨੇ, ਉਹਨਾਂ ਨੂੰ ਕੁਝ ਦੇਖਿਆ ਨਹੀਂ ਜਾ ਰਿਹਾ। ਕਈ ਸਕੂਲਾਂ ਦੇ ਵਿੱਚ ਇੱਕ ਇੱਕ ਟੀਚਰ ਵੀ ਨਹੀਂ ਹੈਗਾ, ਕਈਆਂ ਦੇ ਵਿੱਚ ਇੱਕ ਟੀਚਰ ਹੈ, ਜਿਹੜੇ ਜਵਾਕ, ਮੈਂ ਇੱਦਾਂ ਨਹੀਂ ਕਹਿ ਰਿਹਾ ਕਿ ਪਹਿਲਾਂ ਨਹੀਂ ਹੁੰਦਾ ਸੀਗਾ, ਮੈਂ ਇੱਦਾਂ ਕਹਿ ਰਿਹਾ ਕਿ ਜਿਹੜੀ ਤਰਜੀਹ ਹੈ ਉਹ ਸਿਰਫ ਇੱਕ ਮਾਡਲ ਨੂੰ ਦਿੱਤੀ ਜਾ ਰਹੀ ਹੈ ਕਿ 100 ਸਕੂਲ ਠੀਕ, 100 ਸਕੂਲਾਂ ਦੀ ਰਿਪੇਅਰ ਕਰ ਦਿਓ, ਉਹਨਾਂ ਤੇ ਰੰਗ ਮਾਰ ਦਿਓ ਤੇ ਉਹਨਾਂ ਦੀਆਂ ਫੋਟੋਆਂ ਦਿਖਾਓ। ਇਸੇ ਤਰੀਕੇ ਜਿਹੜੇ ਹਸਪਤਾਲਾਂ ਨੂੰ ਛੱਡ ਕੇ ਸਾਰਿਆਂ ਨੂੰ ਇੱਕ ਕਮਰਾ ਨੁਮਾ ਜਿਹੜੇ ਮੁਹੱਲਾ ਕਲੀਨਿਕ ਬਣਾ ਦਿਓ, ਉਹ ਉਹਨਾਂ ਦੇ ਨੰਬਰ ਵਧਾਈ ਜਾਓ ਤੇ ਉਹ ਇੱਕ ਖ਼ਬਰਾਂ 'ਚ ਚਲਾਉਣ ਦੇ ਲਈ ਇੱਕ ਮਾਡਲ ਨੂੰ, ਤੇ ਉਹ ਪੈਸਾ ਬਰਬਾਦ ਕੀਤਾ ਜਾ ਰਿਹਾ। ਇਸੇ ਤਰੀਕੇ ਜਿਹੜੀ ਇਸ਼ਤਿਹਾਰਬਾਜ਼ੀ ਕਿੰਨੀ ਬਰਬਾਦ ਕੀਤੀ ਜਾ ਰਹੀ ਹੈ, ਇਸੇ ਤਰੀਕੇ ਤੁਸੀਂ ਦੇਖੋ ਕਿ ਕਿਸ ਤਰੀਕੇ ਨਾਲ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੇ ਜਿਹੜੇ ਅਰਬਾਂ ਰੁਪਏ ਦੇ ਜਿਹੜੇ ਹੁਣ ਤੱਕ ਦੇ ਜਹਾਜ਼ਾਂ ਦੇ ਦੌਰੇ ਨੇ ਜਾਂ ਅਰਬਾਂ ਰੁਪਏ ਦੀ ਜਿਹੜੀ ਇਸ਼ਤਿਹਾਰਬਾਜ਼ੀ ਪੰਜਾਬ ਤੋਂ ਬਾਹਰ ਕੀਤੀ ਜਾ ਰਹੀ ਹੈ, ਇਹ ਸਾਰਾ ਕੁਛ ਵੀ ਇਹ ਪੰਜਾਬ ਦੇ ਭਲੇ ਲਈ ਨਹੀਂ ਹੈਗਾ। ਮੈਨੂੰ ਬੜੇ ਦੁੱਖ ਨਾਲ ਕਹਿਣਾ ਪੈ ਰਿਹਾ ਕਿ ਜਿਹੜੇ ਸਾਡੇ ਮੁੱਖ ਮੰਤਰੀ ਨੇ ਭਗਵੰਤ ਮਾਨ ਜੀ, ਉਹ ਪੂਰੀ ਤਰ੍ਹਾਂ ਦੇ ਨਾਲ ਇੱਕ ਦਿੱਲੀ ਦੀ ਜਿਹੜੀ ਕਠਪੁਤਲੀ ਬਣ ਕੇ ਰਹਿ ਗਏ ਆ, ਜਿਹੜੇ ਇਹਨਾਂ ਦੀ ਦਿੱਲੀ ਦੀ ਟੀਮ ਅਰਵਿੰਦ ਕੇਜਰੀਵਾਲ ਉਹਨਾਂ ਦੀ ਕਠਪੁਤਲੀ ਬਣ ਕੇ ਰਹਿ ਗਏ, ਜਿਵੇਂ ਉਹ ਕਹਿੰਦੇ ਆ ਇਹ ਉਵੇਂ ਹੀ ਕਰਦੇ ਨੇ। ਪੰਜਾਬ ਦੇ ਭਲੇ ਲਈ, ਜਿਹੜਾ ਪੰਜਾਬ ਦੇ ਭਲੇ ਨੂੰ ਦੇਖ ਕੇ ਜਾਂ ਲੌਂਗ ਟਰਮ ਇੱਕ ਵਿਜ਼ਨ ਨੂੰ ਦੇਖ ਕੇ ਪੰਜਾਬ ਦੇ ਉਹ ਕੋਈ ਕੰਮ ਨਹੀਂ ਕੀਤੇ ਜਾ ਰਹੇ, ਸਿਰਫ ਇਹਨਾਂ ਨੂੰ ਇੱਦਾਂ ਕਿ ਅਸੀਂ ਇੱਕ ਮਾਡਲ ਬਣਾ ਰੱਖਿਆ ਦਿੱਲੀ ਜਿਹੜਾ ਕਿ ਪੰਜਾਬ ਦੇ ਵਿੱਚ ਕਿਸੇ ਕੰਮ ਦਾ ਨਹੀਂ, ਉਹ ਮਾਡਲ ਨੂੰ ਅਸੀਂ ਅੱਗੇ ਤੋਰੀਏ ਤੇ ਪੰਜਾਬ ਨੂੰ ਇੱਕ ਲਾਂਚਿੰਗ ਪੈਡ ਬਣਾ ਲਿਆ ਕਿ ਲਾਂਚਿੰਗ ਪੈਡ ਬਣਾ ਕੇ ਪੰਜਾਬ ਨੂੰ ਇੱਥੋਂ ਦਾ ਪੈਸਾ ਵਰਤ ਕੇ ਜਿਹੜਾ ਹੈਗਾ ਆਮ ਆਦਮੀ ਪਾਰਟੀ ਅੱਗੇ ਵਧਣ ਦੀ ਕੋਸ਼ਿਸ਼ ਕਰਦੀ ਪਈ ਆ, ਚੋਣਾਂ ਲੜਨ ਦੀ ਕੋਸ਼ਿਸ਼ ਕਰਦੀ ਪਈ ਆ। ਹੁਣ ਆ ਜਿਹੜਾ ਆਟਾ ਵੰਡਣ ਵਾਲਾ ਜਿਹੜਾ ਹੈਗਾ, ਇਹਦੇ 'ਚ ਵੀ ਤੁਹਾਨੂੰ ਦੱਸਾਂਗੇ ਕਿਸ ਤਰੀਕੇ ਦੇ ਨਾਲ ਇਹ ਪੈਸਾ ਬਰਬਾਦ ਪੰਜਾਬ ਦਾ
ਕਰੀਬ 1000 ਕਰੋੜ 1200 ਕਰੋੜ ਰੁਪਇਆ ਪੰਜਾਬ ਦਾ ਇਹ ਹਰ ਸਾਲ ਬਰਬਾਦ ਕਰਿਆ ਕਰਨਗੇ, ਜਿਹਦੇ ਚ ਨਿਕਲਣਾ ਕੁਛ ਨੀ ਤੇ ਇਹਨਾਂ ਦੇ ਜਿਹੜੇ ਢਿੱਡੀ ਭਰਨਾ ਇਹਨਾਂ ਦੇ ਬੰਦਿਆਂ ਦਾ। ਜੀ, ਇੱਕ ਸਵਾਲ ਹੋਰ ਵੀ ਖੜੇ ਹੋ ਰਹੇ ਨੇ ਕਿ ਪਹਿਲਾਂ ਭਾਜਪਾ ਉੱਤੇ ਦੋਸ਼ ਲੱਗਦੇ ਸੀ ਕਿ ਮੀਡੀਆ ਨੂੰ ਆਜ਼ਾਦੀ ਨਹੀਂ, ਹੁਣ ਆਮ ਆਦਮੀ ਪਾਰਟੀ ਨੂੰ ਲੈ ਕੇ ਵੀ ਚਰਚਾਵਾਂ ਕਈ ਛਿੜਦੀਆਂ ਨੇ। ਪਿਛਲੇ ਦਿਨੀ ਇੱਕ ਨਹੀਂ ਦੋ ਆਮ ਆਦਮੀ ਪਾਰਟੀ ਆਗੂਆਂ ਉੱਤੇ ਪੱਤਰਕਾਰਾਂ ਨੂੰ ਧਮਕਾਉਣ ਦੇ ਦੋਸ਼ ਲੱਗੇ ਨੇ, ਜਿਨ੍ਹਾਂ ਦੇ ਵਿੱਚ ਪਠਾਨ ਮਾਜਰਾ ਹੁਣਾਂ ਦੀ ਪਹਿਲਾਂ ਵੀਡੀਓ ਵਾਇਰਲ ਹੁੰਦੀ ਹੈ, ਉਸ ਤੋਂ ਬਾਅਦ ਹੁਣ ਕੁਲਦੀਪ ਧਾਲੀਵਾਲ ਚਰਚਾ ਦੇ ਵਿੱਚ ਆ ਰਹੇ ਨੇ, ਤਾਂ ਇਹ ਰਵੱਈਆ ਕਿਵੇਂ ਆ ਰਿਹਾ ਤੇ ਕਿੱਥੋਂ ਆ ਰਿਹਾ, ਕਿਉਂਕਿ ਪ੍ਰਚਾਰਿਆ ਤੇ ਇਹ ਗਿਆ ਕਿ ਇਹ 92 ਦੇ 92 ਬਹੁਤ ਆਮ ਘਰਾਂ ਦੇ ਮੁੰਡੇ ਨੇ। ਦੇਖੋ, ਇੱਕ ਆਮ ਆਦਮੀ ਪਾਰਟੀ ਨੇ ਇੱਕ ਨਵਾਂ ਪੈਟਰਨ ਸ਼ੁਰੂ ਕੀਤਾ ਪੰਜਾਬ ਦੇ ਵਿੱਚ ਕਿ ਪੂਰਾ ਦਾ ਪੂਰਾ ਮੀਡੀਆ ਸਾਡੇ ਕੰਟਰੋਲ ਦੇ ਵਿੱਚ ਹੋਣਾ ਚਾਹੀਦਾ, ਅਸੀਂ ਕੋਈ ਵੀ ਗੱਲ ਸੈਕਟਰੀਏਟ ਦੇ ਵਿੱਚ ਕਰੀਏ, ਕੋਈ ਵੀ ਅਸੀਂ ਗਲਤ ਕੰਮ ਕਰੀਏ, ਕੋਈ ਵੀ ਸਾਡੇ ਮੰਤਰੀ ਗਲਤ ਬੋਲਣ, ਉਹ ਕਿਤੇ ਖਬਰ ਲੱਗਣੀ ਨਹੀਂ ਚਾਹੀਦੀ। ਵੱਡੇ ਮੀਡੀਆ ਅਦਾਰਿਆਂ ਨੂੰ ਤਾਂ ਇਹਨਾਂ ਨੇ ਪੂਰੇ ਚੰਗੇ ਤਰੀਕੇ ਨਾਲ ਕੰਟਰੋਲ ਕਰ ਰੱਖਿਆ ਹੈਗਾ, ਤਕਰੀਬ 80-90% ਜਿਹੜਾ ਮੀਡੀਆ ਇਹਨਾਂ ਨੇ ਪੈਸੇ ਦੇ ਨਾਲ ਇੱਕ ਤਰ੍ਹਾਂ ਦੀ ਰਿਸ਼ਵਤ ਹੀ ਆ ਉਹ ਜਿਹੜੀ ਐਡ ਦਿੱਤੀ ਜਾਂਦੀ ਹੈ ਵੱਡੀ ਮਾਤਰਾ ਦੇ ਵਿੱਚ, ਜਾਂ ਕੋਈ ਪ੍ਰੋਡਕਸ਼ਨ ਦਾ ਪੈਸਾ ਦਿੱਤਾ ਜਾਂਦਾ ਹੈ, ਉਹ ਇੱਕ ਰਿਸ਼ਵਤ ਦੇ ਨਾਲ ਜਿਹੜਾ ਹੈਗਾ ਮੀਡੀਆ ਨੂੰ ਕੰਟਰੋਲ ਕਰ ਲਿਆ। ਪਰ ਜਿਹੜੇ ਹੁਣ ਛੋਟੇ ਛੋਟੇ ਚੈਨਲ ਬਚੇ ਨੇ ਜਾਂ ਛੋਟੇ ਛੋਟੇ ਪੱਤਰਕਾਰ ਬਚੇ ਨੇ ਜਾਂ ਇੰਡੀਪੈਂਡੈਂਟ ਜਿਹੜੇ ਜਰਨਲਿਸਟ ਨੇ ਉਹ ਬਚੇ ਨੇ, ਉਹਨਾਂ ਨੂੰ ਬਾਏ ਹੁੱਕ ਐਂਡ ਕਰੁੱਕ ਡਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਤੁਸੀਂ ਦੇਖਿਆ ਹੋਣਾ ਕਿ ਕਿਸ ਤਰੀਕੇ ਦੇ ਨਾਲ ਇਹਨਾਂ ਦਾ MLA ਪਠਾਨ ਮਾਜਰਾ ਕਿਸੇ ਇਸ ਤਰ੍ਹਾਂ ਇੱਕ ABC ਚੈਨਲ ਦੇ ਇੰਡੀਪੈਂਡੈਂਟ ਪੱਤਰਕਾਰ ਨੂੰ ਵਿਧਾਨ ਸਭਾ ਦੇ ਵਿੱਚ ਸਾਰੇ ਸ਼ਰਿਆਂ ਧਮਕੀ ਦਿੰਦਾ ਕਿ ਜਾਨ ਤੋਂ ਮਾਰਨ ਦੀ ਧਮਕੀ ਦਿੰਦਾ, ਜਿਸ ਤਰ੍ਹਾਂ ਉਹਨਾਂ ਨੇ ਦੱਸਿਆ, ਤੇ ਕਿਸ ਤਰ੍ਹਾਂ ਉਹਨਾਂ ਨੂੰ ਕਹਿੰਦਾ ਪਿਆ ਕਿ ਤੈਨੂੰ ਤੂੰ ਬਾਹਰ ਆ ਤੈਨੂੰ ਮੈਂ ਦੱਸਦਾ। ਤੇ ਇਸੇ ਤਰੀਕੇ ਹੁਣ ਅਜਨਾਲਾ ਤੋਂ ਜਿਹੜਾ ਹੈਗਾ ਪੱਤਰਕਾਰਾਂ ਨੇ ਹਿਊਮਨ ਰਾਈਟਸ ਕਮਿਸ਼ਨ ਨੂੰ ਜਿਹੜੀ ਹੈਗੀ ਹੈ ਕੰਪਲੇਂਟ ਦਿੱਤੀ ਹੈ ਕਿ ਜਿਹੜੇ ਅਜਨਾਲਾ ਤੋਂ MLA ਨੇ ਗੇ, ਉਹ ਇੱਕ ਕਰਪਸ਼ਨ ਦੀ ਖਬਰ ਛਾਪਣ ਤੇ, ਇਹਨਾਂ ਦੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੀ ਕਰਪਸ਼ਨ ਦੀ ਖਬਰ ਛਾਪਣ ਤੇ, ਕਿਸ ਤਰੀਕੇ ਦੇ ਨਾਲ ਜਿਹੜਾ ਹੈਗਾ ਮੰਤਰੀ ਕੁਲਦੀਪ ਧਾਲੀਵਾਲ ਨੇ ਜੋ ਕਿ ਉੱਥੋਂ MLA ਵੀ ਨੇ ਅਜਨਾਲੇ ਤੋਂ, ਉਹਨਾਂ ਨੇ ਉਹਨਾਂ ਨੂੰ ਧਮਕੀ ਦਿੱਤੀ ਤੇ ਉਹਨਾਂ ਤੇ ਝੂਠੇ ਪਰਚੇ ਪਾਉਣ ਦੀ ਜਿਹੜੀ ਧਮਕੀ ਦਿੱਤੀ। ਉਹਨਾਂ ਨੇ ਆਪਣੇ ਨੰਬਰ ਤੋਂ ਕਾਲ ਕਰਕੇ ਉਹਨਾਂ ਨੇ ਬਕਾਇਦਾ ਉਹਨਾਂ ਦਾ ਨੰਬਰ ਵੀ ਮੈਂਸ਼ਨ ਕੀਤਾ ਕਿ ਇਸ ਟਾਈਮ ਤੇ ਸਾਨੂੰ ਇਹ ਕਾਲ ਆਈ ਹੈ ਵਟਸਐਪ ਤੇ ਮੰਤਰੀ ਦੀ, ਤੇ ਸਾਨੂੰ ਧਮਕਾਇਆ ਗਿਆ ਕਿ ਤੁਹਾਡੀ ਹਿੰਮਤ ਕਿਵੇਂ ਹੋ ਗਈ ਖਬਰ ਲਾਉਣ ਦੀ। ਹੁਣ ਤੁਸੀਂ ਦੇਖੋ ਕਿ ਕਿਸ ਤਰੀਕੇ ਦੇ ਨਾਲ ਪਹਿਲਾਂ ਹੀ ਇਹ ਮੀਡੀਆ ਦੀ ਜਿਹੜੀ ਜਵਾਨਬੰਦੀ ਇਹ ਕਰ ਚੁੱਕੇ ਨੇ ਕਿ ਜਿਹੜੇ ਮੀਡੀਆ ਹਾਊਸਿਸ ਨੂੰ ਪੈਸਾ ਦੇ ਕੇ ਪੱਤਰਕਾਰ ਕੋਈ ਚਾਹੁੰਦੇ ਹੋਏ ਵੀ ਸਵਾਲ ਨਹੀਂ ਪੁੱਛ ਸਕਦੇ, ਉਸੇ ਤਰੀਕੇ ਜਿਹੜੇ ਹੁਣ ਇਕੱਲੇ ਇਕੱਲੇ ਪੱਤਰਕਾਰ ਨੇ ਛੋਟੇ ਛੋਟੇ ਚੈਨਲ ਨੇ ਜਿਹੜੇ ਮੁੰਡੇ ਲੱਗੇ ਹੋਏ ਆ, ਨਵੇਂ ਮੁੰਡੇ ਲੱਗੇ ਹੋਏ ਆ ਜਾਂ ਜਿਹੜੇ ਇੰਡੀਪੈਂਡੈਂਟਲੀ ਕੰਮ ਕਰ ਰਹੇ ਆ, ਉਹਨਾਂ ਨੂੰ ਡਰਾ ਕੇ ਧਮਕਾ ਕੇ ਤੇ ਗੁੰਡਾਗਰਦੀ ਨਾਲ ਜਿਹੜਾ ਹੈਗਾ ਚੁੱਪ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਹੜਾ ਕਿ ਜਿਹਨੂੰ ਕਿ ਅਸੀਂ ਕੰਡੈਮ ਕਰਦੇ ਹਾਂ। ਤੇ ਮੈਂ ਸਮਝਦਾ ਕਿ ਇਹ ਵਰਤਾਰਾ ਕੋਈ ਨਵਾਂ ਨਹੀਂ, ਪਹਿਲਾਂ ਵੀ ਹੁੰਦਾ ਆ। ਮੈਂ ਇੱਕ ਉਦਾਹਰਣ ਤੁਹਾਨੂੰ ਦਿੰਦਾ, ਮੈਂ ਉੱਥੇ ਇੱਕ ਪ੍ਰੈਸ ਕਾਨਫਰੰਸ 'ਚ ਮੌਜੂਦ ਸੀ ਜਦੋਂ ਸੁਖਪਾਲ ਖਹਿਰਾ ਬਾਹਰ ਜੇਲ੍ਹ ਤੋਂ, ਤਾਂ ਆਮ ਕਾਂਗਰਸ ਦੀ ਲੀਡਰਸ਼ਿਪ ਉੱਥੇ ਮੌਜੂਦ ਸੀ, ਪ੍ਰਧਾਨ ਵੀ ਸੀਗੇ ਰਾਜਾ ਵੜਿੰਗ, ਉਹਨਾਂ ਨੇ ਬੋਲਦਿਆਂ ਪਹਿਲਾਂ ਹੀ ਕਹਿ ਦਿੱਤਾ, ਅੱਜ ਵੀ ਉਹ ਵੀਡੀਓ ਪਈ ਆ ਮੇਰੇ ਕੋਲੇ ਪ੍ਰੈਸ ਕਾਨਫਰੰਸ ਦੇ ਵਿੱਚ, ਉਹਨਾਂ ਨੇ ਬਕਾਇਦਾ ਉਹਨਾਂ ਦੇ ਬੋਲ ਸੀ ਕਿ ਜਦੋਂ ਸਾਨੂੰ ਵੀ ਲੱਗਦਾ ਕੋਈ ਵੀ ਕੋਈ ਨਜਾਇਜ਼ ਕਈ ਵਾਰੀ ਸਾਡੇ ਖਿਲਾਫ਼ ਬੋਲ ਰਿਹਾ ਜਾਂ ਕੁਛ ਕਰ ਰਿਹਾ, ਤਾਂ ਅਸੀਂ ਵੀ ਕਈ ਵਾਰੀ ਕਹਿ ਦਈਦਾ ਵੀ ਇੱਥੇ 57 ਪਾ ਦਿਓ, ਇੱਥੇ ਫਲਾਣੀ ਪਾ ਦਿਓ। ਤਾਂ ਉਹਨਾਂ ਨੇ ਆਪਣੇ ਬੜੇ ਲਾਈਟ ਮੂਡ 'ਚ ਇਹ ਗੱਲ ਕੀਤੀ, ਪਰ ਇਹ ਸੱਚ ਦਰਸਾਉਂਦੀ ਹੈ ਕਿ ਲੀਡਰ ਧੱਕਾ ਕਰ। ਦੇਖੋ, ਇਹਦੇ 'ਚ ਜੋ ਵੀ ਇਹ ਕੰਮ ਪਹਿਲਾਂ ਤੋਂ ਕਰਤਾਂ ਚੱਲੀਆਂ ਆ ਰਹੀਆਂ ਨੇਗੀਆਂ, ਉਹੀ ਗੱਲ ਹੈ ਨਾ ਕਰਨ ਜੀ। ਦੇਖੋ ਕਿ ਜੇ ਪਹਿਲਾਂ ਇਹ ਕੰਮ ਮਾੜੇ ਹੁੰਦੇ ਸੀਗੇ ਤੇ ਹੁਣ ਉਹ ਕੰਮ ਘਟਣੇ ਚਾਹੀਦੇ ਸੀਗੇ, ਕਿਉਂਕਿ ਇਹ ਕਹਿ ਰਹੇ ਕਿ ਅਸੀਂ ਆਮ ਲੋਕਾਂ ਦੀ ਸਰਕਾਰ ਹੈ, ਅਸੀਂ ਆਮ ਘਰਾਂ ਦੇ ਬੰਦੇ ਹਾਂ, ਪਰ ਉਲਟਾ ਇਹ ਕੰਮ ਨੂੰ ਵਧਾ ਦਿੱਤਾ ਗਿਆ ਹੋਰ। ਪਹਿਲਾਂ ਤੁਸੀਂ ਦੇਖਿਆ ਹੋਣਾ, ਪਹਿਲਾਂ ਮੀਡੀਆ ਦਾ ਪੈਟਰਨ ਦੇਖਿਆ ਹੋਣਾ ਕਿ ਪਹਿਲਾਂ ਸਰਕਾਰ ਹੁੰਦੇ ਹੋਏ ਵੀ ਇਸ ਤਰੀਕੇ ਦੇ ਨਾਲ ਮੀਡੀਆ ਨੂੰ ਕੰਟਰੋਲ ਨਹੀਂ ਕੀਤਾ ਜਾਂਦਾ ਸੀ। ਠੀਕ ਹੈ, ਪਬਲਿਕ ਰਿਲੇਸ਼ਨ ਡਿਪਾਰਟਮੈਂਟ ਦੇ ਵਿੱਚ ਕੁਛ ਚੱਲਦਾ ਸੀ ਕਿ ਕਿਸੇ ਨੂੰ ਖਬਰ ਰੋਕ ਲਈ, ਕਦੇ ਕਦੇ ਕੋਈ ਮਤਲਬ ਕਿਸੇ ਨੂੰ ਕੋਈ, ਚਲੋ ਪੈਸੇ ਵੀ ਚੱਲਦੇ ਹੋਣਗੇ, ਮੈਂ ਨਹੀਂ ਕਹਿੰਦਾ ਕਿ ਨਹੀਂ ਚੱਲਦੇ ਸੀਗੇ। ਅਖੀਰਲੇ ਸਾਲ ਦੇ ਵਿੱਚ ਜਦੋਂ ਵੋਟਾਂ ਆਉਂਦੀਆਂ ਸੀ ਉਦੋਂ
100-150-200 crore ਦੀ ਐਡ ਵੀ ਦਿੱਤੀ ਜਾਂਦੀ ਸੀ, ਇਹੋ ਜਿਹੀ ਗੱਲ ਨਹੀਂ, ਪਰ ਇਸ ਤਰੀਕੇ ਦੇ ਨਾਲ ਕਿ ਇੰਨੀ ਮਾਈਕਰੋ ਮੈਨੇਜਮੈਂਟ ਕਰਨੀ, ਕੋਈ ਪੱਤਰਕਾਰ ਖਬਰ ਲਾ ਦੇ ਉਹਦੇ ਅਦਾਰੇ ਨੂੰ ਕਹਿ ਦੇਣਾ ਕਿ ਤੇਰੀ ਐਡ ਬੰਦ ਕਰ ਦਾਂਗੇ, ਪੱਤਰਕਾਰ ਨੂੰ ਹਟਾ ਤੱਕ ਦੇਣਾ, ਕਈ ਪੱਤਰਕਾਰਾਂ ਨੂੰ ਹਟਵਾ ਤੱਕ ਦਿੱਤਾ ਇਹਨਾਂ ਨੇ ਅਦਾਰਿਆਂ ਦੇ ਵਿੱਚੋਂ, ਤੇ ਖਬਰਾਂ ਡਿਲੀਟ ਕਰਾ ਦੇਣੀਆਂ ਚੈਨਲਾਂ ਤੋਂ, ਵੈਬ ਪੋਰਟਲਸ ਤੋਂ, ਤੇ ਉਸ ਤਰੀਕੇ ਤੇ ਉਲਟਾ ਸਿੱਧਾ ਵਿਧਾਨ ਸਭਾ ਦੇ ਵਿੱਚ ਤੁਸੀਂ ਦੇਖੋ ਕਿ ਪਹਿਲੀ ਵਾਰ ਬਾਹਰ, ਹਾਲਾਂਕਿ ਬੜੀ ਵਾਰ ਆਪਾਂ ਘਟਨਾ ਸੁਣੀ ਹੈ, ਵਿਧਾਨ ਸਭਾ ਦੇ ਵਿੱਚ ਪ੍ਰੈਸ ਗੈਲਰੀ ਦੇ ਵਿੱਚ ਜਿੱਥੇ ਸਾਰੇ ਪੱਤਰਕਾਰ ਮੌਜੂਦ ਸੀ, ਉੱਥੇ ਜਾ ਕੇ ਇੱਕ MLA ਵੱਲੋਂ ਪੱਤਰਕਾਰ ਨੂੰ ਕਹਿ ਦੇਣਾ ਕਿ ਤੈਨੂੰ ਬਾਹਰ ਦੇਖਦੇ, ਤੈਨੂੰ ਜਾਨ ਤੋਂ ਮਾਰਨ ਦੀ ਧਮਕੀ ਦੇਣਾ, ਇਹ ਇੱਕ ਬੜੀ ਵੱਡੀ ਗੱਲ ਹੈਗੀ। ਮੈਂ ਨਹੀਂ ਕਹਿੰਦਾ ਕਿ ਪਹਿਲਾਂ ਨਹੀਂ ਹੁੰਦਾ ਸੀ, ਪਹਿਲਾਂ ਵੀ ਸਾਰਾ ਕੁਛ ਹੁੰਦਾ ਸੀ, ਪਰ ਉਹ ਚੀਜ਼ਾਂ ਵਧੀਆ ਨੇ ਹੁਣ, ਹਾਲਾਂਕਿ ਘਟਣੀਆਂ ਚਾਹੀਦੀਆਂ ਸੀ ਜਿਹੜੇ ਇਹਨਾਂ ਦੇ ਪ੍ਰੋਮਿਸ ਦੇ ਮੁਤਾਬਕ। ਪੰਜਾਬ ਦੇ ਗਵਰਨਰ ਦਾ ਬਿਆਨ ਆਇਆ ਇਸ ਮਸਲੇ ਉੱਤੇ, ਉਹ ਕਹਿੰਦੇ ਵੀ ਤੁਹਾਨੂੰ ਵੀ ਪਤਾ ਹੀ ਹੈ ਵੀ ਇਹ ਤਾਂ ਇੱਕ ਅਮਿਊਜ਼ ਹੈ, ਵੀ ਇਹਨਾਂ ਧਮਕੀਆਂ ਦੇ ਵਿੱਚ ਹੈ ਤਾਂ ਹੈ ਨਹੀਂ ਕੁਛ, ਉਹ ਆਪਦਾ ਹੀ ਜਲੂਸ ਕੱਢ ਰਹੇ। ਨਹੀਂ ਦੇਖੋ, ਧਮਕੀਆਂ ਦੇ ਵਿੱਚ ਕੋਸ਼ਿਸ਼ ਤੇ ਉਹਨਾਂ ਦੀ ਇਹੀ ਸੀ ਕਿ ਜਿਹੜੇ ਪੱਤਰਕਾਰ ਸਾਡੇ ਖਿਲਾਫ਼ ਬੋਲਦੇ ਆ ਜਾਂ ਸਾਡੀ ਸੱਚਾਈ ਜਿਹੜੀ ਉਹ ਦੱਸਦੇ ਆ ਲੋਕਾਂ ਨੂੰ, ਉਹ ਡਰ ਜਾਣ। ਪਰ ਦੇਖੋ, ਪੰਜਾਬ ਦੇ ਵਿੱਚ ਇਹ ਬੜੀ ਇੱਕ ਤਸੀਰ ਹੈ ਲੋਕਾਂ ਦੀ ਕਿ ਉਹ ਡਰਾਏ ਤੋਂ ਡਰਦੇ ਨਹੀਂ, ਕਿ ਬੜਕੇ ਬਲਕਿ ਹੋਰ ਉੱਭਰ ਕੇ ਸਾਹਮਣੇ ਆਉਂਦੇ ਨੇ, ਜਾਂ ਕਹਿ ਲਓ ਵੀ ਆਪਣੀਆਂ ਗੱਲਾਂ ਜਿਹੜੀਆਂ ਹੈਗੀਆਂ ਹੋਰ ਚੰਗੇ ਤਰੀਕੇ ਦੇ ਨਾਲ ਕਰਦੇ। ਤੁਹਾਨੂੰ ਦੇਖਿਆ ਹੋਣਾ ਕਿ ਮੈਨੂੰ ਵੀ ਇੱਕ ਵਾਰ ਇਹਨਾਂ ਨੇ ਕੋਸ਼ਿਸ਼ ਕੀਤੀ ਸੀ ਕਿ ਤੁਹਾਡਾ ਜਿਹੜਾ ਹੈਗਾ ਸਿਸਟਮ, ਇਹ ਜਿਹੜਾ ਟਵੀਟ ਤੁਸੀਂ ਨਾ ਕਰੋ ਜਾਂ ਇਹ ਇਨਫੋਰਮੇਸ਼ਨ ਨੂੰ ਨਾ ਬਾਹਰ ਕੱਢੋ, ਇਹ ਫਲਾਣੀ ਬੜੀ ਬੜੀ ਸਾਡੀ ਸੀਕਰੇਟ ਇਨਫੋਰਮੇਸ਼ਨ ਹੈ, ਹਾਲਾਂਕਿ ਪਬਲਿਕ ਡੋਮੇਨ ਦੀ ਇਨਫੋਰਮੇਸ਼ਨ ਸੀ। ਪਰ ਉਹੀ ਗੱਲ ਕਿ ਅਸੀਂ ਕਿਉਂ ਡਰਨਾ, ਜਦੋਂ ਕੁਛ ਗਲਤ ਕੀਤਾ ਹੀ ਨਹੀਂ ਤਾਂ ਕਿਉਂ ਡਰਨਾ, ਤੇ ਉਸੇ ਤਰੀਕੇ ਜਿਹੜੇ ਪੱਤਰਕਾਰ ਨੇ, ਜਦੋਂ ਉਹਨਾਂ ਨੇ ਕੁਛ ਗਲਤ ਕੀਤਾ ਹੀ ਨਹੀਂ ਤਾਂ ਉਹ ਡਰਨ ਕਿਉਂ? ਕੀ ਇਹਨਾਂ ਦੇ ਜਿਹੜੇ ਹੁਣ ਗੁੰਡੇ MLA ਆ ਉਹ ਇਸ ਤਰੀਕੇ ਦੇ ਨਾਲ ਪੱਤਰਕਾਰਾਂ ਨੂੰ ਧਮਕਾਉਣਗੇ? ਕੀ ਉਹਨਾਂ ਨੂੰ ਹੁਣ ਹਰ ਇੱਕ ਬੰਦੇ ਦੀ ਆਪਦੀ ਰਿਸਪੋਂਸੀਬਿਲਟੀ, ਆਪਦਾ ਕੰਮ ਹੈਗਾ, ਉਹਨਾਂ ਨੂੰ ਕਰਨ ਦਿਓ, ਤੁਸੀਂ ਆਪਦਾ ਕੰਮ ਕਰੋ, ਤੁਹਾਨੂੰ ਕੌਣ ਰੋਕਦਾ ਆਪਦਾ ਕੰਮ ਕਰਨ ਤੋਂ? ਜੇ ਕਿਸੇ ਨੇ ਕੋਈ ਗਲਤ ਖਬਰ ਲਾਈ ਹੈ, ਜੇ ਤੁਹਾਨੂੰ ਲੱਗਦਾ ਕਿਸੇ ਪੱਤਰਕਾਰ ਨੇ ਗਲਤ ਖਬਰ ਚਲਾਈ ਹੈ, ਤੁਹਾਡੇ ਕੋਲ ਰਾਈਟ ਹੈ ਕੋਰਟ 'ਚ ਜਾਣ ਦਾ, ਤੁਹਾਡੇ ਕੋਲ ਰਾਈਟ ਹੈ, ਤੁਸੀਂ ਉਹਦੇ ਉੱਤੇ ਮਾਨਹਾਨੀ ਦਾ ਦਾਵਾ ਪਾਓ ਜਾਂ ਕੋਈ ਕੁਛ ਵੀ, ਮਤਲਬ ਯੂ ਆਰ ਫਰੀ ਟੂ ਡੂ ਐਨੀਥਿੰਗ, ਤੁਹਾਡੇ ਕੋਲ ਜਿਹੜਾ ਕਾਨੂੰਨ ਹੈ ਤੁਹਾਨੂੰ ਇਜਾਜ਼ਤ ਦਿੰਦਾ, ਤੁਸੀਂ ਕਰੋ। ਪਰ ਇਹ ਕੀ ਮਤਲਬ ਦਾ ਹੋਇਆ ਕਿ ਤੁਸੀਂ ਪਹਿਲਾਂ ਉਹਦੇ ਕੈਮਰਾਮੈਨ ਨੂੰ ਜਾ ਕੇ ਉਹਦੇ ਕਹਿੰਦੇ ਵੀ ਤੇਰੇ ਛਿੱਤਰ ਮਾਰੂੰਗਾ, ਤੇ ਦੂਜਾ ਫਿਰ ਉਸ ਤੋਂ ਬਾਅਦ ਪੱਤਰਕਾਰ ਨੂੰ ਜਾ ਕੇ ਕਹਿੰਦੇ ਵੀ ਤੂੰ ਬਾਹਰ ਜਾ, ਤੈਨੂੰ ਮੈਂ ਦੇਖ ਦਾਂਗਾ? ਇਸ ਤਰੀਕੇ ਦੀ ਜਿਹੜੀ ਗੁੰਡਾ ਕਰਦੀ ਹੈ ਤੇ ਨੱਥ ਪਾਉਣੀ ਚਾਹੀਦੀ ਹੈ। ਮੈਂ ਮੈਨੂੰ ਬੜੀ ਬੜਾ ਦੁੱਖ ਹੋ ਰਿਹਾ ਹਜੇ ਤੱਕ ਵੀ ਕਿ ਭਗਵੰਤ ਮਾਨ ਜੀ ਜਿਹੜੇ ਕਿ ਮੋਰਲ ਬੜੀਆ ਗੱਲਾਂ ਕਰਦੇ ਸੀਗੇ, ਤੇ ਉਹ ਹਜੇ ਤੱਕ ਉਹਨਾਂ ਨੇ ਨਾ ਤੇ ਕਿਸੇ, ਨਾ ਤੇ ਉਹਨਾਂ ਨੇ ਪਠਾਨ ਮਾਜਰੇ ਤੇ ਕੋਈ ਐਕਸ਼ਨ ਲਿਆ, ਤੇ ਨਾ ਹੀ ਧਾਲੀਵਾਲ ਤੇ ਕੋਈ ਐਕਸ਼ਨ ਲਿਆ। ਦੇਖੋ, ਇਹ ਜੇ ਐਕਸ਼ਨ ਨਹੀਂ ਲੈਣਗੇ, ਨਾ ਹੀ ਇਹਨਾਂ ਨੇ ਕੋਈ ਮੰਤਰੀ ਤੇ ਜਿਹੜੇ ਬਲਕਾਰ ਸਿੰਘ ਤੇ ਜਿਹਨਾਂ ਦੇ ਮੁੰਡੇ ਦੀ ਸਿੱਧੀ ਭਰਤੀ ਸਾਹਮਣੇ ਆਈ ਸੀ, ਉਹਨਾਂ ਤੇ ਕੋਈ ਐਕਸ਼ਨ ਲਿਆ? ਦੇਖੋ, ਇੱਕ ਢੀਠਾਂ ਵਾਂਗੂ ਇਹ ਵਰਤਾਅ ਕਰਦੇ ਪਏ ਨੇ ਕਿ ਜੇ ਸਾਡੀ ਕੋਈ ਖਬਰ ਬਾਹਰ ਆਉਂਦੀ ਹੈ, ਬਹੁਤਾ ਮੀਡੀਆ ਨਹੀਂ ਚਲਾਉਂਦਾ, ਜੇ ਕੁਛ ਚਲਾਉਂਦਾ ਵੀ ਹੈ ਜਾਂ ਕੁਛ ਐਕਟਿਵਿਸਟ ਬੋਲਦੇ ਵੀ ਹੈ, ਕੁਛ ਲੋਕ ਬੋਲਦੇ ਵੀ ਹੈ, ਇਹਨਾਂ ਨੂੰ ਕੁਛ ਸਮਝਣੋਂ ਹਟ ਗਏ ਕਿ ਬੋਲੀ ਜਾਣ ਦੋ ਇਹਨਾਂ ਨੂੰ। ਪਰ ਇਹ ਸਮਝ ਹੈ ਕਿ ਲੋਕ ਜਿਹੜੇ ਹੁੰਦੇ ਨੇ ਨਾ, ਲੋਕ ਇਹ ਚੀਜ਼ਾਂ ਵਾਚ ਕਰਦੇ ਪਏ ਨੇ, ਕਿਉਂਕਿ ਅੱਜ ਕੱਲ੍ਹ ਕੋਈ ਚੀਜ਼ ਲੁਕੀ ਨਹੀਂ ਰਹਿੰਦੀ, ਤੇ ਹੌਲੀ ਹੌਲੀ ਇਹਨਾਂ ਨੂੰ ਇੰਪੈਕਟ ਜਿਹੜੀਆਂ ਹੈਗੀਆਂ ਆਉਣ ਵਾਲੀਆਂ ਵੋਟਾਂ 'ਚ ਦੇਖਣਾ ਪਊਗਾ। ਜੀ, ਤੁਹਾਨੂੰ ਲੱਗਦਾ ਪ੍ਰਭਾਵ ਇਹਨਾਂ ਚੋਣਾਂ ਨੂੰ ਮਿਲ ਸਕਦੇ? ਆਖਰੀ ਸਵਾਲ ਮੈਂ ਕਰੂੰਗਾ, ਤੁਸੀਂ ਇੱਕ ਗੱਲ ਹੋਰ ਵੀ ਸਾਹਮਣੇ ਆਈ ਬਾਅਦ ਦੇ ਵਿੱਚ, ਜਦੋਂ ਤੁਸੀਂ PIL ਪਾਉਂਦੇ ਹੋ ਤਾਂ ਕੋਰਟ ਵੱਲੋਂ ਵੀ ਟਰਾਂਸਪੋਰਟ ਜਿਹੜੀ ਵਰਤੀ ਜਾਂਦੀ ਹੈ, ਜਿਹੜਾ ਟਰਾਂਸਪੋਰਟ ਜਿਹੜਾ ਕੀ ਹੈ, ਪੰਜਾਬ ਦਾ ਟਰਾਂਸਪੋਰਟ, ਸਰਕਾਰੀ ਟਰਾਂਸਪੋਰਟ ਆਮ ਆਦਮੀ ਪਾਰਟੀ ਦੀਆਂ ਰੈਲੀਜ਼ ਦੇ ਵਿੱਚ ਵਰਤਿਆ ਗਿਆ, ਹਾਲਾਂਕਿ ਪਹਿਲਾਂ ਵੀ ਹੁੰਦਾ ਰਿਹਾ, ਦੂਜੀਆਂ ਪਾਰਟੀਆਂ ਵੀ ਕਰਦੀਆਂ ਰਹੀਆਂ, ਪਰ ਕੋਰਟ ਦੇ ਕੀ ਉਸ ਦੇ ਵਿੱਚ ਟਿੱਪਣੀ ਕੀ ਸੀ? ਦੇਖੋ, ਪਹਿਲਾਂ ਮੇਰੇ ਧਿਆਨ ਚ ਕੋਈ ਏਡਾ ਖਾਸ, ਕੋਈ ਏਡਾ ਵਾਕਿਆ ਨਹੀਂ ਹੈਗਾ ਜਿੱਥੇ ਕਿ ਹਰ ਇੱਕ ਰੈਲੀ ਦੇ ਵਿੱਚ 2-2 ਹਜ਼ਾਰ ਬੱਸ ਸਾਰੇ ਅੱਡਿਆਂ ਚੋਂ ਬੰਦ ਕਰਕੇ ਜਿਹੜੀ ਹੈਗੀ ਰੈਲੀ ਦੇ ਵਿੱਚ ਲਿਜਾਈ ਗਈ ਹੋਵੇ। ਹਾਂ, ਕੋਈ MLA ਇੰਡੀਵਿਜੁਅਲੀ ਕੋਈ 5-10 ਬੱਸਾਂ ਕਿਸੇ ਡਿਪੂ ਚੋਂ ਲੈ ਗਿਆ ਹੋਵੇ ਤੇ ਉਹ ਗੱਲ ਅਲੱਗ ਹੈ, ਪਰ ਇਸ ਵੱਡੇ ਲੈਵਲ ਤੇ ਹਰ ਇੱਕ ਐਤਵਾਰ ਨੂੰ ਸਾਰੀਆਂ ਬੱਸਾਂ ਬੰਦ ਕਰਕੇ, ਪੂਰੇ ਪੰਜਾਬ ਦੀਆਂ ਬੱਸਾਂ ਬੰਦ ਕਰਕੇ ਉਹਨਾਂ ਨੂੰ ਰੈਲੀ ਦੇ ਵਿੱਚ ਲੈ ਜਾਣਾ ਬੜਾ ਮੰਦਭਾਗਾ, ਕਿਉਂਕਿ ਬਹੁਤ ਸਾਰੇ ਲੋਕ ਨੇ ਜਿਹੜੇ ਸਿਰਫ ਇਹਨਾਂ ਬੱਸਾਂ ਤੇ ਡਿਪੈਂਡੈਂਟ ਨੇ,
ਕਿਸੇ ਨੇ ਸ਼ਹਿਰ ਜਾਣਾ, ਕਿਸੇ ਨੇ ਦਵਾਈ ਲੈਣ ਜਾਣਾ, ਕਿਸੇ ਨੇ ਆਪਣੇ ਰਿਸ਼ਤੇਦਾਰ ਨੂੰ ਮਿਲਣ ਜਾਣਾ, ਕਿਸੇ ਨੇ ਕੋਈ ਕੰਮ ਜਾਣਾ, ਕਿਸੇ ਨੇ ਕਚਹਿਰੀ ਜਾਣਾ, ਕਿਤੇ ਵੀ ਜਾਣਾ, ਕਿਉਂਕਿ ਜਦੋਂ ਬੱਸਾਂ ਲੈ ਕੇ ਆਉਂਦੇ ਨੇ ਇਹਨਾਂ ਨੇ ਸਵੇਰੇ ਚਾਰ ਚਾਰ ਪੰਜ ਪੰਜ ਵਜੇ ਪਿੰਡਾਂ 'ਚ ਬੱਸਾਂ ਭੇਜਣੀਆਂ ਹੁੰਦੀਆਂ ਵਰਕਰ ਚੱਕਣ ਦੇ ਲਈ। ਉਸ ਤੋਂ ਇੱਕ ਦਿਨ ਪਹਿਲਾਂ ਤੱਕ ਜਿਹੜੇ ਹੈਗੇ ਡਰਾਈਵਰ ਕੰਡਕਟਰ ਉਹ ਕੰਮ ਨਹੀਂ ਕਰ ਪਾਉਂਦੇ ਕਿ ਅਸੀਂ ਸਵੇਰੇ ਅਰਲੀ ਜਾਣਾ ਹੈ ਉੱਥੇ, ਅਤੇ ਉਸ ਤੋਂ ਬਾਅਦ ਜਦੋਂ ਇਹ ਬੱਸਾਂ ਰਾਤ ਨੂੰ ਰੈਲੀ 'ਚ ਆਉਂਦੀਆਂ ਨੇ ਅਗਲੇ ਦਿਨ ਫੇਰ ਨਹੀਂ ਕੰਮ ਆਉਂਦਾ। ਇੱਕ ਤਰੀਕੇ ਦੇ ਨਾਲ ਜਿਹੜੀ ਬੱਸਾਂ ਅਤੇ ਡਰਾਈਵਰਾਂ ਦਾ ਅਤੇ ਜਿਹੜਾ ਕੰਡਕਟਰਾਂ ਦਾ ਕੰਮ ਹੈ ਉਹ ਤਿੰਨ ਦਿਨਾਂ ਲਈ ਪ੍ਰਭਾਵਿਤ ਕਰਦੀ ਹੈ ਇੱਕ ਰੈਲੀ, ਅਤੇ ਉਸ ਤੋਂ ਬਾਅਦ ਉਹਨਾਂ ਦੇ ਵਿੱਚ ਫੂਡ ਸਪਲਾਈ ਦੇ ਜਿਹੜੇ ਵਰਕਰ ਨੇ ਉਹਨਾਂ ਦੀ ਡਿਊਟੀ ਲਾ ਦੇਣੀ ਪਰੌਂਠੇ ਵੰਡਣ 'ਤੇ, ਉਹਨਾਂ ਨੂੰ ਪਾਣੀ ਵੰਡਣ 'ਤੇ, ਉਸ ਤੋਂ ਬਾਅਦ ਪਟਵਾਰੀਆਂ ਦੀ ਡਿਊਟੀ ਲਾ ਦੇਣੀ ਬੱਸਾਂ ਦੇ ਵਿੱਚ ਸਾਹਮਣ 'ਤੇ, ਵਰਕਰ ਸਾਹਮਣ 'ਤੇ, ਟੀਚਰ ਦੀ ਡਿਊਟੀ ਲਾ ਦੇਣੀ। ਜਿਹੜੇ ਵਰਕਰ ਨੇ, ਜਿਹੜੇ ਪਬਲਿਕ ਸਰਵੈਂਟ ਨੇ, ਉਹਨਾਂ ਦਾ ਵੀ ਮਿਸਯੂਜ਼ ਕਰਦੇ ਆ ਇਹ ਪੋਲੀਟੀਕਲ ਰੈਲੀ ਦੇ ਵਿੱਚ। ਮੈਂ ਕੋਰਟ ਦੇ ਵਿੱਚ ਇਹੀ ਕਿਹਾ ਕਿ ਸਾਰਾ ਕੁਛ, ਚਾਹੇ ਉਹ ਪਬਲਿਕ ਸਰਵੈਂਟ ਨੇ, ਚਾਹੇ ਉਹ ਪਬਲਿਕ ਐਕਸਚੈਕਰ ਦਾ ਜਿਹੜਾ ਪੈਸਾ ਹੈਗਾ, ਅਤੇ ਚਾਹੇ ਜਿਹੜੇ ਰਿਸੋਰਸਿਸ ਨੇ ਬੱਸਾਂ ਨੇਗੀਆਂ, ਇਹ ਸਾਰੀ ਪਬਲਿਕ ਇਨਕਨਵੀਨੀਅੰਸ ਕ੍ਰੀਏਟ ਕਰਦੀਆਂ ਨੇਗੀਆਂ। ਕੋਈ ਕਿਸੇ ਨੇ ਦਫ਼ਤਰ ਦੇ ਵਿੱਚ ਕੰਮ ਕਰਾਉਣ ਜਾਣਾ, ਉੱਥੇ ਕੋਈ ਅਫਸਰ ਜਾਂ ਕੋਈ ਜਿਹੜਾ ਹੈਗਾ ਕਰਮਚਾਰੀ ਹੈ ਨਹੀਂ, ਕਿਉਂਕਿ ਉਹ ਰੈਲੀ ਦੇ ਵਿੱਚ ਗਿਆ ਹੋਇਆ ਦੋ ਤਿੰਨ ਦਿਨ ਲਈ, ਉਹ ਪ੍ਰਭਾਵਿਤ ਹੁੰਦੀ ਹੈ ਨਾ, ਅਤੇ ਉਸੇ ਤਰੀਕੇ ਕਿਸੇ ਨੇ ਬੱਸਾਂ ਨਹੀਂ ਹੈਗੀਆਂ ਅਤੇ ਲੋਕ ਖੱਜਲ ਹੁੰਦੇ ਨੇ। ਇਹ ਕੋਰਟ ਨੂੰ ਇਹੀ ਕਿਹਾ ਕਿ ਜਿਹੜਾ ਇਹ ਸਾਰਾ ਜਿਹੜਾ ਖਰਚਾ ਇਹਦਾ ਅਨੁਮਾਨ ਲਗਾਇਆ ਜਾਵੇ, ਅਤੇ ਨਾਲ ਨਾਲ ਦੀ ਨਾਲ ਇਹਨੂੰ ਸਾਰੇ ਇਹਨੂੰ ਰਿਕਵਰ ਕੀਤਾ ਜਾਵੇ ਆਮ ਆਦਮੀ ਪਾਰਟੀ ਤੋਂ। ਦੇਖੋ, ਆਮ ਆਦਮੀ ਪਾਰਟੀ ਦੇ ਜਿਹੜੇ ਵਕੀਲ ਨੇ, ਪੰਜਾਬ ਸਰਕਾਰ ਦੇ ਵਕੀਲ ਨੇ, ਐਡਵੋਕੇਟ ਜਨਰਲ, ਅਸਿਸਟੈਂਟ ਐਡਵੋਕੇਟ ਜਨਰਲ ਉੱਥੇ ਆਏ ਸੀਗੇ ਐਡਵੋਕੇਟ ਜਨਰਲ ਦੀ ਥਾਂ ਤੇ, ਉਹਨਾਂ ਨੇ ਕਿਹਾ ਕਿ ਨਹੀਂ ਜੀ ਇਹ ਤਾਂ ਪਬਲਿਸਿਟੀ ਲਈ ਕਰਦੇ ਪਏ। ਕੋਰਟ ਨੇ ਸਾਫ਼ ਕਿਹਾ ਪਬਲਿਸਿਟੀ ਤੁਹਾਨੂੰ, ਤੁਹਾਡੇ ਤੋਂ ਬਾਅਦ ਕਿਹਨੂੰ ਪਤਾ ਪਬਲਿਸਿਟੀ ਕੀ ਹੁੰਦੀ ਆ। ਉਹ ਕਹਿੰਦੇ ਤੁਹਾਨੂੰ ਲੱਗਦਾ ਜੇ ਪਬਲਿਸਿਟੀ ਨਹੀਂ ਹੈ ਤੇ ਅਸੀਂ ਇਹ ਪੀ ਆਈ ਐਲ ਨੂੰ ਰਿਜੈਕਟ ਕਰ ਦਿੰਦੇ ਹਾਂ, ਅਸੀਂ ਆਪ ਕੋਰਟ ਵੱਲੋਂ ਸੂਓ ਮੋਟੋ ਲੈ ਲੈਂਦੇ ਹਾਂ, ਕਿਉਂਕਿ ਲੋਕਾਂ ਦੀ ਖੱਜਲ ਖੁਆਰੀ ਇਸ ਤਰੀਕੇ ਦੇ ਨਾਲ। ਪਬਲਿਕ ਬੱਸਾਂ, ਜਿਹੜੀ ਪਬਲਿਕ ਟਰਾਂਸਪੋਰਟ ਹੈ ਤੇ ਪਬਲਿਕ ਦੇ ਰਿਸੋਰਸਿਸ ਨੇ, ਪਬਲਿਕ ਦੇ ਸਰਵੈਂਟ ਨੇ, ਉਹਨਾਂ ਨੂੰ ਮਿਸਯੂਜ਼ ਕਰਨਾ ਪੋਲੀਟੀਕਲ ਰੈਲੀ ਦੇ ਵਿੱਚ, ਇਹ ਇੱਕ ਜਨਹਿੱਤ ਦੇ ਵਿੱਚ ਪਾਈ ਗਈ ਪਟੀਸ਼ਨ ਹੈ ਜਿਹੜੀ ਕਿ ਬਿਲਕੁਲ ਸਹੀ ਹੈ। ਉਹਨਾਂ ਨੇ ਸੂਓ ਮੋਟੋ ਤਾਂ ਨਹੀਂ ਲਿਆ ਉਸ ਤੋਂ ਬਾਅਦ, ਪਰ ਉਹਨਾਂ ਨੇ ਕਿਹਾ ਕਿ ਇਹਦੇ ਬਾਰੇ ਤੁਹਾਨੂੰ ਜਿਹੜਾ ਹੈਗਾ ਫਟਕਾਰ ਵੀ ਲਾਈ, ਤੇ ਇਹਦੇ ਬਾਰੇ ਉਹਨਾਂ ਨੂੰ ਜਵਾਬ ਤਲਬ ਵੀ ਕੀਤੀ ਕਿ ਸਾਨੂੰ ਇਹਦੇ ਬਾਰੇ ਜਵਾਬ ਦਿਓ, ਤੁਹਾਡਾ ਕੀ ਕਹਿਣਾ ਹੈਗਾ। ਹੁਣ ਅਗਲੇ ਮਹੀਨੇ 24 ਤਰੀਕ ਨੂੰ ਦੁਬਾਰਾ ਉਸ ਦੀ ਤਰੀਕ ਹੈ। ਕੋਰਟ ਦਾ ਬੜਾ ਚੰਗਾ ਰਿਸਪੋਂਸ ਸੀਗਾ, ਪਰ ਇਹਨਾਂ ਨੇ ਉਹਨੂੰ ਡੀਰੇਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਕੋਰਟ ਨੇ ਬੜਾ ਚੰਗੇ ਤਰੀਕੇ ਦੇ ਨਾਲ ਐਂਟਰਟੇਨ ਕੀਤਾ ਜੀ। ਤਾਂ ਦੇਖਣਾ ਹੋਏਗਾ ਬਾਈ ਜੀ, ਜੋ ਆਪਾਂ ਚਰਚਾ ਕੀਤੀ ਆ ਉਹ ਗੱਲਾਂ ਲੋਕਾਂ ਤੱਕ ਜਾਣਗੀਆਂ। ਉਮੀਦ ਕਰਦੇ ਹਾਂ ਉਹ ਵੀ ਆਪਣੇ ਵਿਚਾਰ ਕਮੈਂਟ ਸੈਕਸ਼ਨ 'ਚ ਰੱਖਣਗੇ। ਤੇ ਬਾਕੀ ਲੱਗਦਾ ਐਮਪੀ ਇਲੈਕਸ਼ਨਸ ਜਿਹੜੇ ਹੁਣ ਆ ਗਏ ਨੇ ਲੋਕ ਸਭਾ ਚੋਣਾਂ ਦੇ ਵਿੱਚ, ਇਸ ਵਾਰ ਕੁਝ ਨਵਾਂ ਬਦਲਾਅ ਵੇਖਣ ਨੂੰ ਵੀ ਮਿਲ ਸਕਦਾ, ਬਦਲਾਅ ਨੂੰ ਵੀ ਬਦਲਾਅ ਟੱਕਰ ਸਕਦਾ। ਦੇਖੋ, ਮੈਂ ਸਮਝਦਾ ਕਿ ਚੇਂਜ ਜਿਹੜਾ ਪੋਲਿਟਿਕਸ ਦੇ ਵਿੱਚ ਬੜਾ ਜ਼ਰੂਰੀ ਹੁੰਦਾ ਹੈ। ਜੇ ਲੋਕ ਇੱਕੋ ਹੀ ਪਾਰਟੀ ਨੂੰ ਜਾਂ ਇੱਕੋ ਹੀ ਧਿਰ ਨੂੰ ਵੋਟਾਂ ਪਾਈ ਜਾਣ ਲੰਬੇ ਸਮੇਂ ਦੇ ਲਈ, ਇੱਕ ਵਾਰ ਤੋਂ ਵੱਧ ਵਾਰੀ, ਤੇ ਉਹ ਜਿਹੜੀ ਧਿਰ ਹੈਗੀ ਲੋਕਾਂ ਨੂੰ ਮੂਰਖ ਸਮਝਣ ਲੱਗ ਜਾਂਦੀ ਹੈ। ਤੁਸੀਂ ਇਹ 2 ਸਾਲਾਂ ਦੇ ਵਿੱਚ ਦੇਖਿਆ ਕਿ ਜਿਸ ਤਰੀਕੇ ਦੇ ਨਾਲ ਆਮ ਆਦਮੀ ਪਾਰਟੀ ਨੇ ਵਾਅਦੇ ਕੀਤੇ ਸੀਗੇ, ਜਿਹੜੇ ਕਿ ਇਹਨਾਂ ਨੂੰ ਦੇਖ ਕੇ ਸੀ ਸਾਰਿਆਂ ਨੇ, ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ 92 ਸੀਟਾਂ ਦਿੱਤੀਆਂ, ਉਹ ਵਾਅਦਿਆਂ ਦੇ ਵਿੱਚੋਂ ਕੁਛ ਵੀ ਪੂਰਾ ਹੁੰਦਾ ਨਜ਼ਰ ਨਹੀਂ ਆ ਰਿਹਾ। ਸਾਰਾ ਕੁਛ ਉਲਟ ਚੱਲ ਰਿਹਾ, ਚਾਹੇ ਉਹ ਮਿਸਯੂਜ਼ ਆਫ ਮਨੀ ਹੈ, ਚਾਹੇ ਉਹ ਮਿਸਯੂਜ਼ ਆਫ ਪਾਵਰ ਹੈ, ਚਾਹੇ ਉਹ ਕਿਸੇ ਵੀ ਤਰ੍ਹਾਂ ਦੀ ਇਸ਼ਤਿਹਾਰਬਾਜ਼ੀ ਦੇ ਵਿੱਚ ਅਰਬਾਂ ਰੁਪਏ ਉਡਾ ਦੇਣਾ। 60-70 ਹਜ਼ਾਰ ਕਰੋੜ ਰੁਪਏ ਦਾ ਤੁਸੀਂ ਦੇਖੋ ਕਿ ਪੰਜਾਬ ਦੇ ਵਿੱਚ ਬਣਿਆ ਕੀ ਹੈ। ਹੁਣ ਤੱਕ 2 ਸਾਲਾਂ ਦੇ ਵਿੱਚ 70 ਹਜ਼ਾਰ ਕਰੋੜ ਦਾ ਕਰਜ਼ਾ ਲੈ ਲੈਣਾ ਇੱਕ ਬਹੁਤ ਵੱਡੀ ਗੱਲ ਹੈ, ਪਿਛਲੀ ਵਾਰ ਨਾਲੋਂ ਦੁੱਗਣਾ ਕਰਜ਼ਾ ਲਿਆ ਜਾ ਰਿਹਾ ਹੈ। ਤੇ ਮੈਂ ਸਮਝਦਾ ਕਿ ਲੋਕਾਂ ਨੂੰ ਜਿਹੜਾ ਹੈਗਾ ਸਮਝ ਆਉਂਦੀਆਂ ਨੇ ਗੱਲਾਂ, ਤੇ ਉਹਨਾਂ ਨੂੰ ਮੈਨੂੰ ਲੱਗਦਾ ਚੇਂਜ ਜਿਹੜਾ ਹੈਗਾ ਦੁਬਾਰਾ ਕਰਨਾ ਚਾਹੀਦਾ ਹੁਣ, ਤਾਂ ਕਿ ਜਿਹੜਾ ਇਹਨਾਂ ਦਾ ਦਿਮਾਗ ਠੀਕ ਰਹੇ। ਬਾਕੀ ਦੇਖੋ, ਬਾਕੀ ਡਿਪੈਂਡ ਕਰਦਾ ਕਿਸ ਤਰ੍ਹਾਂ ਦੀਆਂ ਜਿਹੜੀ ਟਿਕਟ ਡਿਸਟ੍ਰੀਬਿਊਸ਼ਨ ਕਿਸ ਤਰ੍ਹਾਂ ਨਾਲ ਹੁੰਦੀ ਹੈ, ਕਿਸ ਤਰ੍ਹਾਂ ਨਾਲ ਹਜੇ ਤਾਂ ਅਲਾਇੰਸ ਦੇ ਵੀ ਵਿੱਚ ਰੌਲੇ ਪਈ ਜਾਂਦੇ ਆ ਕਿ ਬੀਜੇਪੀ ਤੇ ਅਕਾਲੀ ਦਲ ਦਾ ਅਲਾਇੰਸ ਹੋ ਸਕਦਾ ਹੈਗਾ, ਤੇ ਬਾਕੀ ਦੇਖੋ ਕਿਸ ਤਰੀਕੇ ਦੇ ਨਾਲ ਹੁੰਦਾ, ਕਿਸ ਤਰੀਕੇ ਦੇ ਨਾਲ ਟਿਕਟ ਡਿਸਟ੍ਰੀਬਿਊਸ਼ਨ ਹੈ, ਉਸ ਤਰੀਕੇ ਦੇ ਨਾਲ ਹੀ ਜਿਹੜਾ ਰਿਜ਼ਲਟ ਉਹ ਦੇਖਣ ਨੂੰ ਮਿਲੇਗਾ। ਹਾਂਜੀ, ਧੰਨਵਾਦ ਬਾਈ ਜੀ, ਸਮਾਂ ਕੱਢਿਆ ਤੁਸੀਂ ਵਿਚਾਰ। ਥੈਂਕ ਯੂ ਜੀ, ਥੈਂਕ ਯੂ ਸੋ ਮਚ ਕਰਨਗੇ। ਥੈਂਕ ਯੂ ਸੋ ਮਚ, ਥੈਂਕ ਯੂ।